सतनाम श्री वाहगुरु जी, ज्यों बुलावह त्यों बोला स्वामी, कुदरत कवन हमारी। साध संग नानक जस गायो, जो प्रभु की अत प्यारी बाणी। गुरु गुरु है बाणी, विच बाणी अमृत सारे। गुरबाणी कहे सेवक जन माने, प्रतख गुरु निस्तारे। गुरबाणी गुरबाणी गावो गुरबाणी, गुरबाणी गुरबाणी गावो गुरबाणी, गुरबाणी गुरबाणी गावो। साध संग जो तुम है मिलायो, तो सुनी तुम्हारी बाणी। आनंद भया पेखत ही नानक, प्रताप पुरख निर्वाणी। तुरकी बाणी आई तिन सगली चिंत मिटाई, दयाल पुरख मेहरबाना। हर नानक साच बखाना, अज लगिया रौने काने बड़िया, संतां दी कमाई बोल दी। लगिया रौने काने बड़िया, संतां दी कमाई बोल दी। लगिया रौने काने बड़िया, रौने का
माई बोल दी अज लगिया रौन का बड़िया संता जी कमाई बोल दे संत जी संत टहल सिंह जी टहल सिंह जी संतां दी कमाई बोल दी थे लगियां रौने कने पारी वो संतां दी कमाई सारे ही खंडा मरावंडा दे मालक संसार दे सांझे रहवर चवर छत्र तख्तां दे मालक गुरता गद्दी ते विराजमान जुगो जुग अटल तन तन साहिब श्री गुरु ग्रंथ साहिब महाराज जी दे महान पवित्र चरण कवलां विच सीस चुका के ਦੋਵੇਂ ਹੱਥ ਜੋੜ ਕੇ ਸਾਰੀ ਹੀ ਸੰਗਤ ਪਿਆਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਮਹਾਨ ਮਹਾਨ ਬਖਸ਼ਿਸ਼ ਰਹਿਮਤ ਦਾ ਸਦਕਾ ਭਾਗਾਂ ਭਰਿਆ ਨਗਰ ਸੰਗੋਵਾਲ ਦੀਆਂ ਸਮੂਹ ਸਿੱਖ ਸੰਗਤਾਂ ਔਰ ਧੰਨ ਧੰਨ ਸ਼੍ਰੀ ਮਾਨ ਸੰਤ ਬਾਬਾ ਟਹਿਲ ਸਿੰਘ ਜੀ ਵਾਲਿਆਂ ਵਾਲਿਆਂ ਦੇ ਤਪ ਅਸਥਾਨਾਂ 'ਤੇ ਇਸ ਅਸਥਾਨਾਂ ਦੀ ਪ੍ਰਬੰਧਕ ਕਮੇਟੀ ਨੌਜਵਾਨ ਵੀਰ ਸਾਰੇ ਹੀ ਕਮੇਟੀ ਮੈਂਬਰ ਬੜਾ ਉਪਰਾਲਾ ਕਰਦੇ ਨੇ ਸਤਿਗੁਰੂ ਜੀ ਦੀ ਦਇਆ ਮਿਹਰ ਦਾ ਸਦਕਾ ਉਸ ਪਰਮ ਪਵਿੱਤਰ ਮਹਾਂਪੁਰਖ ਮਹਾਨ ਆਤਮਾ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਦੇ ਅੰਦਰ ਪਿਛਲੇ ਸਾਲ ਵੀ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਕੇ ਭੋਗ ਪਾਏ ਗਏ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਗੁਰਮਤਿ ਸਮਾਗਮ ਹੋਏ ਅੱਜ ਵੀ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਹੋਈ ਹੈ 21 ਅਕਤੂਬਰ 2018 ਦਿਨ ਦੇ ਵਕਤ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ ਅਖੰਡ ਪਾਠਾਂ ਦੇ ਭੋਗਾਂ ਤੋਂ ਉਪਰੰਤ ਅਖੰਡ ਪਾਠ ਦੇ ਵਿੱਚ ਪਾਠੀ ਸਾਹਿਬਾਨਾਂ ਨੇ ਅਦਬ ਸਤਿਕਾਰ ਦੇ ਨਾਲ ਬਾਣੀ ਸੁਣਾਉਣਾ ਕੀਤੀ ਹੈ ਸਿੱਖ ਸੰਗਤਾਂ ਨੇ ਪ੍ਰਬੰਧਕ ਕਮੇਟੀ ਨੇ ਸੇਵਾ ਕਮਾਉਣੀ ਕੀਤੀ ਹੈ ਅਤੇ ਗੁਰਬਾਣੀ ਸੁਣ ਕੇ ਲਾਹੇ ਪ੍ਰਾਪਤ ਕੀਤੇ ਨੇ ਕਰ ਰਹੇ ਹੋ ਖੁੱਲ੍ਹੇ ਪੰਡਾਲਾਂ ਦੇ ਵਿੱਚ ਚਵਰ ਛਤਰ ਤਖਤਾਂ ਦੇ ਮਾਲਕ ਸਤਿਗੁਰੂ ਜੀ ਦਰਸ਼ਨ ਦੀਦਾਰੇ ਬਖਸ਼ ਰਹੇ ਹਨ ਦਾਸਾਂ ਤੋਂ ਪਹਿਲਾਂ ਕੁੱਪਰ ਹੀੜੇ ਤੋਂ ਕਵੀਸ਼ਰੀ ਜਥਾ ਅਤੇ ਲੁਧਿਆਣੇ ਤੋਂ ਭਾਈ ਗੁਰਜੰਟ ਸਿੰਘ ਜੀ
ਸ਼ੰਕਰ ਪਿੰਡ ਤੋਂ ਭਾਈ ਬਲਜੀਤ ਸਿੰਘ ਜੀ ਮਿਲੋਂ ਔਰ ਮੇਰੇ ਗੁਰਭਾਈ ਮਾਸਟਰ ਧਰਮਜੀਤ ਸਿੰਘ ਜੀਆਂ ਨੇ ਵੀ ਹਾਜ਼ਰੀ ਭਰੀ ਹੈ। ਰਹਿੰਦਾ ਸਮਾਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਇਹ ਵਿਚਾਰ ਕਰਨ ਦਾ ਯਤਨ ਕਰੀਏ। ਸਤਿਯੁਗ ਦੇ ਸਮੇਂ ਤੋਂ ਹੀ ਅਵਤਾਰ ਲੋਕ ਆਏ ਹਨ। ਭਗਤੀ ਦੀ ਗੱਲ, ਨਾਮ ਸਿਮਰਨ ਦੀ ਗੱਲ, ਮਨੁੱਖਾ ਜੀਵਨ ਨੂੰ ਸ੍ਰਿਸ਼ਟ ਬਣਾਉਣ ਦੀ ਗੱਲ ਅਤੇ ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ, ਇਹ ਸਤਿਯੁਗ ਸਮੇਂ ਤੋਂ ਹੀ ਵਾਰਤਾ ਚੱਲੀ ਆਉਂਦੀ ਹੈ। ਸਤਿਯੁਗ ਦੇ ਅੰਦਰ ਸ਼੍ਰੀ ਵਾਸਦੇਵ ਜੀ ਆਏ ਹਨ। ਉਸ ਸਮੇਂ ਦੀ ਮਰਿਆਦਾ ਬਣਾ ਕੇ ਉਹਨਾਂ ਨੇ ਸੰਸਾਰ ਦੇ ਜੀਵਾਂ ਨੂੰ ਤਾਰਨਾ ਕੀਤਾ ਹੈ। 1 ਲੱਖ ਸਾਲਾਂ ਦੀ ਉਮਰ ਹੁੰਦੀ ਸੀ ਸਤਿਯੁਗ ਦੇ ਸਮੇਂ ਅੰਦਰ ਜੀਵਾਂ ਦੀ। ਤ੍ਰੇਤੇ ਯੁੱਗ ਦੇ ਅੰਦਰ ਸ਼੍ਰੀ ਰਾਮ ਚੰਦਰ ਜੀ ਆਏ। ਉਸ ਸਮੇਂ ਇਨਸਾਨਾਂ ਦੀ ਉਮਰ ਘੱਟ ਗਈ, 10,000 ਸਾਲਾਂ ਦੀ ਉਮਰ ਰਹਿ ਗਈ ਤ੍ਰੇਤੇ ਯੁੱਗ ਦੇ ਅੰਦਰ। ਸ਼੍ਰੀ ਰਾਮ ਚੰਦਰ ਜੀ ਨੇ ਸਮੇਂ ਦੀ ਮਰਿਆਦਾ ਬਣਾ ਕੇ ਜੀਵਾਂ ਨੂੰ ਤਾਰਨਾ ਕੀਤਾ, ਜਿਸ ਤਰ੍ਹਾਂ ਉਸ ਸਮੇਂ ਦੀ ਉਹਨਾਂ ਨੇ ਮਰਿਆਦਾ ਬੰਨ੍ਹੀ। ਦੁਆਪਰ ਯੁੱਗ ਦੇ ਅੰਦਰ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਆਏ। ਦੁਆਪਰ ਯੁੱਗ ਦੇ ਅੰਦਰ ਕੇਵਲ 1,000 ਸਾਲ ਦੀ ਉਮਰ ਰਹਿ ਗਈ ਜੀਵਾਂ ਦੀ, ਕੇਵਲ 1,000 ਸਾਲਾਂ ਦੀ ਉਮਰ। ਕ੍ਰਿਸ਼ਨ ਜੀ ਨੇ ਵੀ ਮਰਿਆਦਾ ਬਣਾ ਕਰਕੇ ਜੀਵਾਂ ਨੂੰ ਤਾਰਨਾ ਕੀਤਾ, ਜਿਸ ਸਮੇਂ ਉਸ ਸਮੇਂ ਦੀ ਮਰਿਆਦਾ ਜਿੱਦਾਂ ਵੀ ਚਲਾਈ। ਫਿਰ ਸਾਧ ਸੰਗਤ ਕਲਯੁੱਗ ਦਾ ਸਮਾਂ ਸ਼ੁਰੂ ਹੋਇਆ, ਜਿਹੜੇ ਕਲਯੁੱਗ ਵਿੱਚ ਆਪਣਾ ਜਨਮ ਹੋਇਆ ਹੋਇਆ। ਕਲਯੁੱਗ ਦੇ ਅੰਦਰ 10 ਗੁਰੂ ਸਾਹਿਬਾਨਾਂ ਦਾ ਆਉਣਾ ਹੋਇਆ ਔਰ 15 ਭਗਤਾਂ ਦਾ ਸੰਸਾਰ ਵਿੱਚ ਆਉਣਾ ਹੋਇਆ। 15 ਭਗਤ ਕੁਝ ਰਾਜ ਭਾਗ ਦੇ ਵਿੱਚੋਂ ਭਗਤ ਜਨ ਬਣੇ ਔਰ ਭਗਤ ਜਨ ਜਿਨ੍ਹਾਂ ਨੇ ਇੱਕ ਗਰੀਬ ਸੰਬੰਧਿਤ ਜਾਤੀ ਦੇ ਅੰਦਰ ਜਨਮ ਲੈ ਕੇ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕੀਤੀ ਅਤੇ ਪਰਮੇਸ਼ਰ ਵਿੱਚ ਅਭੇਦ ਹੋ ਗਏ। ਕਿਵੇਂ? ਜਿਵੇਂ ਇੱਕ ਬਾਲਟੀ ਵਿੱਚ ਪਾਣੀ ਹੈ, ਇੱਕ ਗਲਾਸ ਦੇ ਵਿੱਚ ਪਾਣੀ ਹੈ। ਜਿੰਨਾ ਚਿਰ ਗਲਾਸ ਵਾਲਾ ਪਾਣੀ ਬਾਲਟੀ ਵਿੱਚ ਨਹੀਂ ਮਿਲਾ ਦਿੰਦੇ, ਉਹਨਾਂ ਚਿਰ ਉਹ ਬਾਲਟੀ ਵਾਲੇ ਪਾਣੀ ਦਾ ਰੂਪ ਨਹੀਂ ਬਣ ਸਕਦਾ, ਭਾਵੇਂ ਨਾਮ ਉਹਦਾ ਵੀ ਪਾਣੀ ਹੈ। ਜਿਸ ਵਕਤ ਗਲਾਸ ਵਾਲਾ ਪਾਣੀ ਬਾਲਟੀ ਵਿੱਚ ਉਲਟਾ ਦਈਏ, ਉਹ ਬਾਲਟੀ ਵਾਲੇ ਪਾਣੀ ਵਿੱਚ ਸਮਾ ਜਾਂਦਾ ਹੈ। ਆਖੋ ਸਤਨਾਮ। ਵਾਹਿਗੁਰੂ। ਸਾਡੇ 10 ਗੁਰੂ ਸਾਹਿਬਾਨ ਸੰਸਾਰ ਦੇ ਅੰਦਰ ਪ੍ਰਗਟ ਹੋਏ ਨੇ। ਸਤਿਗੁਰ ਨਾਨਕ ਪ੍ਰਗਟਿਆ, ਇਹ ਨਹੀਂ ਇਤਿਹਾਸ ਵਿੱਚ ਕਿਤੇ ਜ਼ਿਕਰ ਆਉਂਦਾ ਕਿ ਸਤਿਗੁਰ ਨਾਨਕ ਸਾਹਿਬ ਜਨਮੇ ਸਨ, ਨਹੀਂ, ਪ੍ਰਗਟ ਹੋਏ ਨੇ। ਪ੍ਰਗਟ ਜੋ ਜੋਤ ਹੈ ਉਹ ਨਾ ਘਟ ਸਕਦੀ ਹੈ ਅਤੇ ਨਾ ਉਹਨੂੰ ਕੋਈ ਖਤਮ ਕਰ ਸਕਦਾ। ਪ੍ਰਗਟ ਜੋਤ ਸਤਿਗੁਰੂ ਨਾਨਕ ਸਾਹਿਬ ਜੀ। ਗੁਰੂ ਘਰ ਦੇ ਵੇਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਰਾਂ ਵਿੱਚ ਲਿਖਦੇ ਨੇ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਦੋਂ ਸਤਿਗੁਰ ਨਾਨਕ ਸਾਹਿਬ ਜੀ ਨੇ ਪ੍ਰਕਾਸ਼ ਧਾਰਨ ਕੀਤਾ, ਇਹ ਜਿਹੜੀ ਦੁੱਖਾਂ ਰੂਪੀ ਧੁੰਦ ਸੀ, ਪਾਪਾਂ ਰੂਪੀ ਧੁੰਦ ਸੀ, ਉਹ ਦੂਰ ਹੋ ਗਈ। ਬਲਕਿ ਭਾਈ ਗੁਰਦਾਸ ਜੀ ਇੱਥੋਂ ਤੱਕ ਨਕਸ਼ਾ ਖਿੱਚਦੇ ਨੇ ਕਿ ਘੋਰ ਕਲਯੁੱਗ ਦੇ ਸਮੇਂ ਦੇ ਅੰਦਰ ਅਤਿਆਚਾਰ ਵੱਧ ਗਏ,
ਤੇ ਜਾਤਾਂ ਪਾਤਾਂ ਦੀਆਂ ਵੰਡੀਆਂ ਪਾ ਦਿੱਤੀਆਂ। ਇਨਸਾਨ ਦੀਆਂ ਝਗੜੇ ਚ ਮੇਲੇ ਸ਼ੁਰੂ ਹੋ ਗਏ। ਅਸਲ ਮਹਿਨਿਆਂ ਵਿੱਚ ਜਿੱਥੇ ਵਿਵਾਦ ਸ਼ੁਰੂ ਹੋ ਜਾਵੇ ਉੱਥੇ ਝਗੜਾ ਚੱਲ ਪੈਂਦਾ, ਜਿੱਥੇ ਵਿਚਾਰ ਸ਼ੁਰੂ ਹੋ ਜਾਵੇ ਉੱਥੇ ਪ੍ਰੇਮ ਵਧਣ ਲੱਗ ਪੈਂਦਾ। ਆਖੋ ਸਤਨਾਮ। ਵਾਹਿਗੁਰੂ। ਜਿੱਥੇ ਵਿਵਾਦ ਸ਼ੁਰੂ ਹੋ ਜਾਵੇ ਉੱਥੇ ਝਗੜਾ ਵੱਧਦਾ ਜਾਂਦਾ ਹੈ, ਜਿੱਥੇ ਵਿਚਾਰ ਸ਼ੁਰੂ ਹੋ ਜਾਵੇ ਬੈਠ ਕੇ ਵਿਚਾਰ ਕਰੀ ਜਾਵੇ ਨਿਮਰਤਾ ਸਹਿਤ ਪਿਆਰ ਸਹਿਤ ਉੱਥੇ ਪ੍ਰੇਮ ਵਧਣਾ ਸ਼ੁਰੂ ਹੋ ਜਾਂਦਾ ਹੈ। ਹੁਣ ਦੇ ਸਮੇਂ ਵਿੱਚ ਬਹੁਤ ਨਿੰਦਾ ਚੱਲ ਰਹੀ ਹੈ ਸੰਤਾਂ ਮਹਾਂਪੁਰਖਾਂ ਦੀ, ਪਰ ਸੰਤਾਂ ਮਹਾਂਪੁਰਖਾਂ ਦੀ ਕਮਾਈ ਨੂੰ ਬਿਰਲੀਆਂ ਰੂਹਾਂ ਸਮਝਦੀਆਂ ਨੇ ਅਤੇ ਜਾਣਦੀਆਂ ਨੇ, ਅਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਗਟ ਹੋਣ ਤੋਂ ਪਹਿਲਾਂ ਭਾਈ ਗੁਰਦਾਸ ਜੀ ਲਿਖਦੇ ਨੇ, ਥੰਮੈ ਕੋਏ ਨਾ ਸਾਧ ਬੈਨ, ਸਾਧ ਨਾ ਦਿਸੈ ਜਗ ਵਿੱਚ ਕੋਆ। ਕਹਿੰਦੇ ਸਾਧੂ ਤੋਂ ਬਿਨਾਂ ਸੰਸਾਰ ਦਾ ਕੋਈ ਥੰਮ ਨਹੀਂ, ਅਤੇ ਥੰਮ ਤੋਂ ਬਿਨਾਂ ਸੰਸਾਰ ਖੜ ਨਹੀਂ ਸਕਦਾ, ਅਤੇ ਸਾਧੂ ਕੋਈ ਦਿਸ ਨਹੀਂ ਰਿਹਾ। ਆਖੋ ਸਤਨਾਮ। ਵਾਹਿਗੁਰੂ। ਫਿਰ ਧਰਤੀ ਮਾਤਾ ਨੇ ਪੁਕਾਰ ਕੀਤੀ ਪਰਮੇਸ਼ਰ ਦੇ ਅੱਗੇ, ਜੀਵਾਂ ਨੇ ਪੁਕਾਰ ਕੀਤੀ, ਅਤੇ ਸਾਧ ਸੰਗਤ ਉੱਧਰ ਦੂਸਰੇ ਪਾਸੇ ਧੰਨ ਮਾਤਾ ਤ੍ਰਿਪਤਾ ਜੀ, ਧੰਨ ਪਿਤਾ ਮਹਿਤਾ ਕਾਲੂ ਜੀ, ਇਹਨਾਂ ਨੇ ਪਿਛਲੇ ਜਨਮਾਂ 'ਚ ਬਹੁਤ ਭਗਤੀ ਕੀਤੀ। ਭਾਈ ਲਾਲੂ ਜੀ ਜੋ ਸਤਿਗੁਰੂ ਨਾਨਕ ਸਾਹਿਬ ਜੀ ਦੇ ਚਾਚਾ ਜੀ ਸਨ, ਬੇਬੇ ਨਾਨਕੀ ਜੀ ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੱਡੇ ਭੈਣ ਜੀ ਸਨ, ਇਹਨਾਂ ਨੇ ਪਿਛਲੇ ਜਨਮਾਂ 'ਚ ਬਹੁਤ ਭਗਤੀ ਕੀਤੀ ਅਤੇ ਅਨੁਭਵ ਖੁੱਲ੍ਹਿਆ। ਆਕਾਸ਼ ਬਾਣੀ ਦੁਆਰਾ ਪਤਾ ਲੱਗਿਆ ਕਿ ਖੁਦ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਰਗੁਣ ਸਰੂਪ ਦੇ ਸਰੂਪ ਧਾਰਨ ਕਰਕੇ ਬੇਦੀਆਂ ਦੀ ਕੁੱਲ ਵਿੱਚ ਗੁਰੂ ਨਾਨਕ ਬਣ ਕੇ ਆਉਣਾ। ਆਖੋ ਸਤਨਾਮ। ਵਾਹਿਗੁਰੂ। ਪਿਤਾ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਇੱਛਾ ਪ੍ਰਗਟ ਕੀਤੀ ਕਿ ਸਾਡੇ ਗ੍ਰਹਿ ਵਿੱਚ ਪ੍ਰਗਟ ਹੋ ਜਾਣ, ਔਰ ਬੇਬੇ ਨਾਨਕੀ ਜੀ ਰਿਸ਼ੀ ਦੇ ਰੂਪ ਵਿੱਚ ਭਗਤੀ ਕਰਦੇ ਸੀ, ਉਹਨਾਂ ਨੂੰ ਆਕਾਸ਼ ਬਾਣੀ ਹੋਈ, ਬੇਨਤੀ ਕੀਤੀ ਜਿਸ ਘਰ ਦੇ ਵਿੱਚ ਨਾਨਕ ਨਿਰੰਕਾਰ ਨੇ ਪ੍ਰਕਾਸ਼ ਧਾਰਨ ਕਰਨਾ ਉਸ ਘਰ ਵਿੱਚ ਮੈਨੂੰ ਵੀ ਜਨਮ ਦਵਾ ਦਿਓ ਪਹਿਲਾਂ, ਦੂਜੀ ਗੱਲ ਮੈਨੂੰ ਗਿਆਨ ਬਖਸ਼ ਦਿਓ, ਮੈਨੂੰ ਨੇਤਰ ਬਖਸ਼ ਦਿਓ, ਮੈਂ ਉਹਨਾਂ ਨੂੰ ਪਛਾਣ ਲਵਾਂ ਕਿ ਦੁਨੀਆ ਨੂੰ ਧਾਰਨ ਵਾਸਤੇ ਇਨਸਾਨੀ ਜਾਮੇ ਵਿੱਚ ਭਗਵਾਨ ਆਏ ਹੋਏ ਨੇ। ਆਖੋ ਸਤਨਾਮ। ਵਾਹਿਗੁਰੂ। ਜਾਣਨਾ ਤੇ ਪਛਾਣਨਾ ਐਸਾ ਹੀ ਹੋਇਆ ਸਾਸੀ ਰਾਏ ਭੋਏ ਦੀ ਤਲਵੰਡੀ ਦੇ ਅੰਦਰ, ਰਾਏ ਬੁਲਾਰ ਨੇ ਵੀ ਭਗਤੀ ਕੀਤੀ ਹੋਈ ਸੀ, ਉਵੇਂ ਉਹਨੇ ਵੀ ਇਹ ਮੰਗਿਆ ਹੋਇਆ ਸੀ, ਹੇ ਪਰਮੇਸ਼ਵਰ ਮੈਂ ਤੇਰੇ ਭਗਤਾਂ ਨੂੰ ਅਤੇ ਤੈਨੂੰ ਪਛਾਣ ਲਵਾਂ, ਮੈਨੂੰ ਇਹ ਅੱਖ ਬਖਸ਼ ਦੇ, ਇਹ ਮੈਨੂੰ ਨਿਗਾਹ ਬਖਸ਼ ਦੇ, ਕਿਉਂਕਿ ਪਛਾਣੇ ਬਿਨਾਂ ਗੱਲ ਨਹੀਂ ਬਣ ਸਕਦੀ, ਭਾਵੇਂ ਘਰ ਦੇ ਵਿੱਚ ਹੀ ਰੱਬੀ ਜੋਤ ਆਈ ਹੋਵੇ, ਬਿਨਾਂ ਪਛਾਣ ਤੋਂ ਬੰਦਾ ਖਾਲੀ ਰਹਿ ਜਾਂਦਾ, ਲਾਹਾ ਨਹੀਂ ਲੈ ਸਕਦਾ। ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਪਹਿਲਾਂ ਤਕਰੀਬਨ 5 ਕੁ ਸਾਲ ਪਹਿਲਾਂ ਦੀ ਇਹ ਇਤਿਹਾਸ ਜ਼ਿਕਰ ਕਰਦਾ ਹੈ। ਪਹਿਲਾਂ ਬੇਬੇ ਨਾਨਕੀ ਜੀ ਦਾ ਜਨਮ ਹੋਇਆ ਨਾਨਕੇ ਪਿੰਡ। ਕਹਿਣ ਲੱਗੇ ਕੀ ਨਾਮ ਰੱਖੀਏ ਬੱਚੀ ਨੇ ਜਨਮ ਲਿਆ, ਪਰਿਵਾਰ ਵਾਲੇ ਕਹਿੰਦੇ ਵੀ ਨਾਨਕੀ ਨਗਰ 'ਚ ਜਨਮ ਲਿਆ ਇਸ ਕਰਕੇ ਇਹਦਾ ਨਾਮ ਨਾਨਕੀ ਰੱਖ ਦਿਓ। ਆਖੋ ਸਤਨਾਮ। ਵਾਹਿਗੁਰੂ। ਜੇ ਅੱਜ ਅਸੀਂ ਸਮਝੀਏ ਨਾ ਬਈ ਮਹਿਤਾ ਕਾਲੂ ਪਿਤਾ ਜੀ ਦੇ ਘਰ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਸਭ ਤੋਂ ਪਹਿਲਾਂ ਪੁੱਤਰੀ ਨੇ ਜਨਮ ਲਿਆ, ਬੱਚੀ ਨੇ, ਉਹ ਬੱਚੀ ਸੀ ਕੌਣ,
ओ भगती प्रगट हुई सी नानकी दे रूप चाखो सतना वाहे गुरु। पहला भगती प्रगट हुई नानकी जी ने जन्म लिया पे नानकी जी बेनती करते रहते मन विच हे परमेश्वर कृपा करो मैनू भी एक नूरी वीर बख्शो और जिहड़ा संसार का भला करे ऐसा मैनू वीर बख्श दो जिहदे वर्गा पहला किसी का वीर आया ही ना होवे आखो सतना वाहे गुरु। एक दिन भैण नानकी जी आराम कर रहे ने एक चमत्कार दिसया है कि बड़ा प्रकाश होया चिट्टा दुध वर्गा सफेद रंग का प्रकाश होया उदे विच्चों एक नुरानी जोत दे दर्शन होए ने। बेबे नानकी जी उठे हन भज के जाके माता तृप्ता जी नूं गल वकड़ी पा ली माता जी तुहाडी इच्छा भी सतगुरु अकाल पुरख जी पूरी करनगे ते मेरी इच्छा भी मैनू आकाशों बाणी आई है और रब्बी रूप बीरे दी झलक पई है आखो सतना वाहे गुरु। माता तृप्ता जी दे भी नेत्रां चो खुशी दे अंसू बगने शुरू हो गए अखां उही ने इसे अखां दे विचों साध संगत खुशी दे अंसू चलदे ने इसे अखां दे विचों गमी दे दुख तकलीफ होवे इंसान नूं तद भी अंसू चलदे ने। एक मिलाप हुंदा है खुशी हुंदी है मिलाप दे खुशी विच आंसू चलदे ने एक जदों किते विछोड़ा हुंदा वियोग पैंदा तां वी इसे अखां विचों आंसू चलदे ने। भैण नानकी जी जिन्हां दे चेहरे ते एक इलाही नूर रहिंदा सी ओह किते आम बच्ची नहीं सी क्योंकि पिछले जन्मां दी बहुती भगती कीती ते भगती दा फल नाल लै के आए न ते साध संगत जदों सतगुर नानक सच्चे पातशाह महाराज जी ने प्रकाश धारण कीता राय भोएं दी तलवंडी दे अंदर कत्तक सुदी पूर्णमाशी नूं आपां बाबा जीआं दा जन्मदिन मना रहे हाँ संत बाबा टहल सिंह जी बालियां वाले बाबा जी दे ताप स्थान संगोवाल विखे इन्हां दा भी कत्ते दे महीने च जन्म होया गज के आखो सतना वाहे गुरु। ये अमर जोतां ने अरशी जोतां ने स्वामी दरबारा सिंह महाराज लिखते ने कर मस्त देन दरबार सिंगा ए नूरी जोतां अरश दी अरश दियां जोतां दे कोई अंदाजे नहीं ला सकदा अरश मंडल चो आईया जोतां दा कोई भेद भी नहीं पा सकता ते साध संगत अरश मंडल दियां जोतां तो ता नाम बाणी दे लाहे ज्ञान दे लाहे खट सकदे आं खो सतना वाहे गुरु। सतगुर नानक साहब जी ने प्रकाश धारण कीता पहला दीदार दाई दौलतां ने करिया जदों दीदार कीता ना दाई दौलतां ने ओदा तन ते मन आशा शिकार उठिया खेड़े विच आ गया क्यों सतगुर दा जिहड़ा दीदार है अंदर सच्चा नेहो लाया प्रीतम आपने तन मन होए निहाल जा गुर देखा सामने। जदों सतगुरु नानक साहब जी का दीदार किया दाई दौलतां ने निहाल हो गई है अरश मंडल दे विचों साध संगत परियां ने राग लापने शुरू कर दिते 33 करोड़ देवत्यां ने फुलां दी वरखा करनी शुरू कर दिती क्योंकि खुद वाहिगुरू परमेश्वर इंसान दे रूप विच भगवान प्रगट होए ने। पिता महता कालू जी दे घर विखे
दीदार किते हन फिर बधाइया दित्तियां की तकिया दाई दौलता ने बड़ा भारी प्रकाश होया जदों सतगुरु जी प्रगट होए प्रकाश धारण किया ते उस समय गज बज के धारना विच साथ दिओ पहला दास फिर सारे भाई तीसरे हिस्से विच सारियां बीबियां गज बज के बोलिया करो उस समय होया दाई नू भी चलना माई नू भी चलना दाई नू भी चलना होया माई नू भी चलना ਕਿਤੇ ਉਹ ਛਿਨ ਮਾਤਰ ਹੀ ਪ੍ਰਕਾਸ਼ ਦੀ ਝਲਕ ਮਿਲਦੀ ਹੈ ਆਖੋ ਸਤਨਾਮ ਵਾਹਿਗੁਰੂ ਉਸ ਪ੍ਰਕਾਸ਼ ਦੀ ਝਲਕ ਛਿਨ ਮਾਤਰ ਹੀ ਮਿਲਦੀ ਹੈ ਬਹੁਤਾ ਲੰਮਾ ਸਮਾਂ ਨਹੀਂ ਬਹੁਤੀ ਬੰਦਗੀ ਭਗਤੀ ਮਿਹਨਤ ਕਰਕੇ ਪੂਰਨ ਸਤਿਗੁਰੂ ਦੀ ਕਿਰਪਾ ਦੁਆਰਾ ਹੁਣ ਦਾਈ ਦੌਲਤਾਂ ਖੁਸ਼ੀ ਦੇ ਵਿੱਚ ਆ ਕੇ ਵਧਾਈਆਂ ਦਿੱਤੀਆਂ ਪਿਤਾ ਮਹਿਤਾ ਕਾਲੂ ਜੀ ਨੂੰ ਪਟਵਾਰੀ ਜੀ ਤੁਸੀਂ ਭਾਗਾਂ ਵਾਲੇ ਹੋ ਤੁਹਾਡੇ ਘਰ ਵਿੱਚ ਰੱਬੀ ਜੋਤ ਨੇ ਇਹ ਪ੍ਰਕਾਸ਼ ਧਾਰਨ ਕੀਤਾ ਮੈਂ ਸੈਂਕੜੇ ਬੱਚਿਆਂ ਦੇ ਜਨਮ ਹੁੰਦੇ ਦੇਖੇ ਨੇ ਪਰ ਐਸਾ ਕੌਤਕ ਚਮਤਕਾਰ ਨਹੀਂ ਕਦੇ ਦੇਖਿਆ ਜੋ ਮੇਰੇ ਨਾਲ ਬੀਤਿਆ ਹੈ ਜਦੋਂ ਤੁਹਾਡੇ ਬਾਲਕੇ ਦਾ ਪ੍ਰਕਾਸ਼ ਹੋਇਆ ਬੜਾ ਭਾਰੀ ਚਾਨਣ ਹੋਇਆ ਹੈ ਆਮ ਬੱਚੇ ਜਨਮ ਲੈਣ ਸਰ ਰੋਂਦੇ ਨੇ ਰੋਏ ਨਹੀਂ ਮੁਸਕਰਾ ਰਹੇ ਨੇ ਆਖੋ ਸਤਨਾਮ ਵਾਹਿਗੁਰੂ ਇਹ ਕੋਈ ਰੱਬੀ ਜੋਤ ਆਈ ਹੈ ਪਿਤਾ ਜੀ ਨੇ ਕੁਝ ਵਸਤਰ ਮਠਿਆਈ ਮਾਇਆ ਭੇਟ ਕੀਤੀ ਦੌਲਤਾਂ ਦਾ ਹੀ ਕਹਿੰਦੀ ਹੈ ਮੇਰਾ ਨਾਮ ਦੌਲਤਾਂ ਹੈ ਅਸਲ ਮਹੀਨਿਆਂ ਵਿੱਚ ਮੈਂ ਸੱਚੀ ਦੌਲਤ ਦੀ ਅੱਜ ਮਾਲਕ ਬਣਿਆ ਮੈਨੂੰ ਰੱਬੀ ਜੋਤ ਦਾ ਪਹਿਲਾ ਦੀਦਾਰ ਹੋਇਆ ਆਖੋ ਸਤਨਾਮ ਵਾਹਿਗੁਰੂ ਉਹ ਦਾਈ ਮਾਤਾ ਦੀ ਵੀ ਭਗਤੀ ਕਿੰਨੇ ਜਨਮਾਂ ਦੀ ਹੋਏਗੀ ਜਿਹਨੂੰ ਪਹਿਲਾਂ ਦੀਦਾਰ ਦਾ ਸਮਾਂ ਮਿਲਿਆ ਅਤੇ ਸਾਧ ਸੰਗਤ ਛੇ ਕੁ ਘੰਟੇ ਦੇ
ਸਤਿਗੁਰੂ ਜੀ ਹੋਏ ਹਨ। ਅਵਤਾਰ ਧਾਰੇ ਨੂੰ 6 ਕੁ ਘੰਟੇ ਹੋਏ ਨੇ। ਪੰਡਿਤ ਹਰਦਿਆਲ ਨੂੰ ਪਤਾ ਲੱਗਾ, ਆ ਗਿਆ ਹੈ। ਮੈਂ ਤਾਂ ਕਾਲੂ ਪਟਵਾਰੀ ਜੀ ਦੇ ਘਰ ਵਿੱਚ ਵਧਾਈਆਂ ਦਿੱਤੀਆਂ ਅਤੇ ਦਾਈ ਨੂੰ ਬੁਲਾ ਕੇ ਪੁੱਛ ਰਹੇ ਨੇ ਬਈ ਜਦੋਂ ਇਹਨਾਂ ਦਾ ਜਨਮ ਹੋਇਆ ਕੀ ਦੇਖਿਆ ਹੈ। ਦਾਈ ਦੌਲਤਾਂ ਦੱਸਦੀ ਹੈ, ਜਦੋਂ ਇਹਨਾਂ ਦਾ ਜਨਮ ਹੋਇਆ ਮੈਂ ਪ੍ਰਕਾਸ਼ ਤੱਕਿਆ, ਰੋਸ਼ਨੀ ਤੱਕੀ, ਜਿਹੜੀ ਮੈਂ ਜ਼ਿੰਦਗੀ 'ਚ ਪਹਿਲਾਂ ਕਦੇ ਤੱਕੀ ਨਹੀਂ ਸੀ। ਦੂਜਾ, ਮੇਰਾ ਤਨ ਅਤੇ ਮਨ ਨੂੰ ਇੰਨੀ ਸ਼ਾਂਤੀ ਮਿਲੀ, ਬਸ ਮੈਂ ਬਿਆਨ ਨਹੀਂ ਕਰ ਸਕਦੀ। ਤੀਜਾ, ਇਹ ਰੋਏ ਨਹੀਂ, ਮੁਸਕਰਾ ਰਹੇ ਸੀ ਜਦੋਂ ਪ੍ਰਕਾਸ਼ ਧਾਰਨ ਕੀਤਾ। ਆਖੋ ਸਤਨਾਮ। ਵਾਹਿਗੁਰੂ। ਪੰਡਿਤ ਹਰਦਿਆਲ ਜੋਤ ਸੀ। ਜੋਤਿਸ਼ ਇੱਕ ਵਿੱਦਿਆ ਹੈ, ਜਿੰਨੀ ਕੁ ਕਿਸੇ ਨੇ ਪੜ੍ਹੀ ਹੋਵੇ ਉਨਾ ਕੁ ਅੰਦਾਜ਼ ਲਾ ਕੇ ਦੱਸ ਦਿੰਦਾ। ਅਤੇ ਸਾਧ ਸੰਗਤ, ਪੰਡਿਤ ਹਰਦਿਆਲ ਨੇ ਸਮਾਂ ਨੋਟ ਕੀਤਾ, ਲਗਨ ਨਛੱਤਰ, ਉਹ ਸਭ ਠੀਕ ਕਰ ਲਏ। ਹੁਣ ਪੰਡਿਤ ਹਰਦਿਆਲ ਦੇ ਮਨ ਨੂੰ ਖਿੱਚ ਪਈ ਹੈ ਕਿ ਇਹ ਕੋਈ ਆਮ ਬਾਲਕਾ ਨਹੀਂ ਜਾਪਦਾ, ਦੁਨਿਆਵੀ ਬੱਚਾ ਨਹੀਂ ਜਾਪਦਾ। ਉਹਨੇ ਫਿਰ ਇੱਕ ਦਰਸ਼ਨ ਕਰਨ ਦੀ ਸਕੀਮ ਬਣਾਈ, ਬਿਉਂਤ। ਮੈਨੂੰ ਸਿੱਧੇ ਲੋੜ ਤਾਂ ਦਰਸ਼ਨ ਇਹਨਾਂ ਨੇ ਅੰਦਰ ਕਰਵਾਉਣੇ ਨਹੀਂ। ਕਹਿਣ ਲੱਗਾ, ਪਟਵਾਰੀ ਜੀ, ਮੈਂ ਇਸ ਬਾਲਕ ਦੇ ਮੱਥੇ ਦੀਆਂ ਅਤੇ ਹੱਥਾਂ ਦੀਆਂ ਲਕੀਰਾਂ ਦੇਖਣੀਆਂ ਨੇ, ਰੇਖਾਵਾਂ। ਪਿਤਾ ਮਹਿਤਾ ਕਾਲੂ ਜੀ ਅੰਦਰ ਗਏ, ਮਾਤਾ ਤ੍ਰਿਪਤਾ ਜੀ ਦੀ ਗੋਦ ਵਿੱਚੋਂ ਚੁੱਕ ਕੇ ਸੁੰਦਰ ਰੁਮਾਲੇ ਦੇ ਵਿੱਚ ਬਾਹਰ ਲੈ ਆਏ ਨੇ ਵਿਹੜੇ 'ਚ। ਪੰਡਿਤ ਹਰਦਿਆਲ ਨੇ ਦਰਸ਼ਨ ਕੀਤਾ ਅਤੇ ਚਰਨਾਂ 'ਤੇ ਸੀਸ ਝੁਕਾ ਦਿੱਤਾ। ਆਖੋ ਸਤਨਾਮ। ਵਾਹਿਗੁਰੂ। 6 ਘੰਟਿਆਂ ਦੇ ਸਨ ਅਜੇ ਸਤਿਗੁਰੂ ਸਾਹਿਬ ਜੀ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ। ਪੰਡਿਤ ਹਰਦਿਆਲ ਜੋਤਿਸ਼ ਵਿੱਦਿਆ ਦਾ ਮਾਹਰ, ਉਹ 70 ਸਾਲਾਂ ਦੀ ਉਮਰ ਦਾ ਸੀ ਅਤੇ ਜਦੋਂ ਸੀਸ ਝੁਕਾਇਆ, ਚਰਨਾਂ 'ਤੇ ਮਸਤਕ ਦੇਖਿਆ ਅਤੇ ਸਾਧ ਸੰਗਤ, ਚਵਰ ਅਤੇ ਛਤਰ ਕਿੱਥੋਂ ਸ਼ੁਰੂ ਹੋਏ ਨੇ? ਅੱਜ ਵੀ ਜੋਤ ਉਹੀ ਹੈ। ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਕਹਿੰਦੇ ਹਾਂ ਨਾ, ਚਵਰ ਛਤਰ ਅਤੇ ਤਖਤਾਂ ਦੇ ਮਾਲਕ। ਅਤੇ ਜਦੋਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੱਜਾ ਹੱਥ ਦੇਖਿਆ ਪੰਡਿਤ ਹਰਦਿਆਲ ਨੇ ਤਾਂ ਕੀ ਦੇਖਿਆ? ਉਹਦੇ 'ਤੇ ਸਾਧ ਸੰਗਤ ਚਵਰ ਬਣਿਆ ਹੋਇਆ, ਚਵਰ ਸੱਜੇ ਹੱਥ 'ਤੇ, ਖੱਬੇ ਹੱਥ 'ਤੇ ਤਖਤ ਅਤੇ ਛਤਰ ਬਣਿਆ ਹੋਇਆ। ਆਖੋ ਸਤਨਾਮ। ਵਾਹਿਗੁਰੂ। ਅਤੇ ਪੰਡਿਤ ਹਰਦਿਆਲ ਜੋਤਸੀ ਕਹਿੰਦਾ, ਪਟਵਾਰੀ ਜੀ, ਇਹ ਕੋਈ ਆਮ ਬੱਚਾ ਨਹੀਂ ਹੈ, ਇਹ ਕੋਈ ਸੰਸਾਰੀ ਜੀਵ ਨਹੀਂ ਹੈ, ਇਹ ਤਾਂ ਬਸ ਮੇਰੀਆਂ ਵੀ ਇਹਨੂੰ ਨਮਸ਼ਕਾਰਾਂ ਹੀ ਨੇ, ਆਉਣ ਵਾਲਾ ਸਮਾਂ ਹੀ ਦੱਸੇਗਾ ਅਤੇ ਤੂੰ ਅੱਖੀਂ ਦੇਖੇਗਾ। ਇਉਂ ਕੁਝ ਸਮਾਂ ਲਿਆ, 70 ਸਾਲ ਦੀ ਉਮਰ ਹੈ ਪੰਡਿਤ ਹਰਦਿਆਲ ਦੀ, ਤੁਰਿਆ ਜਾਂਦਾ ਹੈ, ਰਸਤੇ ਦੇ ਵਿੱਚ ਖੜੋ ਗਿਆ। ਹੇ ਰੱਬੀ ਜੋਤ, ਮੇਰੀ ਉਮਰ 17 ਸਾਲਾਂ ਦੀ ਹੋ ਚੁੱਕੀ ਹੈ, ਮੇਰੇ 'ਤੇ ਰਹਿਮ ਕਰੋ, ਜਿੰਨਾ ਚਿਰ ਤੁਸੀਂ ਬੋਲਣ ਨਹੀਂ ਲੱਗਦੇ, ਬਚਨ ਨਹੀਂ ਕਰਦੇ, ਮੈਂ ਤੁਹਾਡੇ ਬਚਨ ਸੁਣੇ ਬਿਨਾਂ ਸਰੀਰ ਨਾ ਛੱਡਾਂ। ਆਖੋ ਸਤਨਾਮ। ਵਾਹਿਗੁਰੂ। ਇਹਨੂੰ ਕਹਿੰਦੇ ਆ ਜਾਣਨਾ ਅਤੇ ਪਛਾਣਨਾ। ਜਿਨ੍ਹਾਂ ਨੂੰ ਪਛਾਣ ਆ ਗਈ ਹੈ, ਮਹਾਂ ਪੁਰਖ ਦੱਸਿਆ ਕਰਦੇ, ਭਾਈ ਸਾਡੀਆਂ ਖਾਕੀ ਅੱਖਾਂ ਨੇ, ਅਸੀਂ ਚਮ ਦ੍ਰਿਸ਼ਟੀ ਨਾਲ ਦੇਖਦੇ ਹਾਂ, ਇਹ ਬਈ ਫਲਾਣਾ ਹੈ, ਇਹ ਫਲਾਣੇ ਨਗਰ ਦਾ ਹੈ, ਫਲਾਣੀ ਜਾਤ ਦਾ ਹੈ, ਫਲਾਣਿਆਂ ਦਾ ਮੁੰਡਾ ਹੈ, ਫਲਾਣੇ ਦਾ ਪੋਤਾ ਹੈ। ਅਤੇ ਸਾਧ ਸੰਗਤ ਜਿਹੜੇ ਰੱਬੀ ਆਸ਼ਿਕ ਨੇ ਨਾ, ਉਹਨਾਂ ਦੀਆਂ ਨੂਰੀ ਅੱਖਾਂ ਹੁੰਦੀਆਂ ਨੇ, ਉਹਨਾਂ ਦੇ ਨੇਤਰਾਂ ਵਿੱਚ ਨੂਰ ਹੁੰਦਾ ਰੱਬ ਨੂੰ ਪਛਾਣਨ ਦਾ ਅਤੇ ਰੱਬ ਦੇ ਪਿਆਰਿਆਂ ਨੂੰ ਪਛਾਣਨ ਦਾ। ਆਖੋ ਸਤਨਾਮ। ਵਾਹਿਗੁਰੂ।
ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਖੜ ਕੇ ਅਰਦਾਸ ਕੀਤੀ। ਰਸਤੇ ਵਿੱਚ ਜਾਂਦੇ ਨੇ ਪੰਡਿਤ ਹਰਦਿਆਲ ਨੇ ਕਿ ਹੇ ਪਾਤਸ਼ਾਹ, ਜਿੰਨਾ ਚਿਰ ਮੈਂ ਤੁਹਾਡੇ ਪ੍ਰਵਚਨ ਨਾ ਸੁਣ ਲਵਾਂ, ਤੁਹਾਤੋਂ ਬਖਸ਼ਿਸ਼ਾਂ ਨਾ ਪਾ ਲਵਾਂ, ਮੈਂ ਉਹਨਾਂ ਚਿਰ ਸਰੀਰ ਨਾ ਛੱਡਾਂ, ਮੇਰੇ 'ਤੇ ਇੰਨੀ ਕੁ ਕਿਰਪਾ ਜ਼ਰੂਰ ਕਰ ਦੇ। ਕਿਉਂਕਿ ਬਹੁਤੀ ਸਸਤੀ ਚੀਜ਼ ਮਿਲੀ ਹੋਵੇ, ਬਹੁਤੀ ਛੇਤੀ ਮਿਲੀ ਹੋਵੇ, ਉਹਦੀ ਇਨਸਾਨ ਕਦਰ ਨਹੀਂ ਜਾਣਦਾ। ਆਖੋ ਸਤਨਾਮ। ਵਾਹਿਗੁਰੂ। ਤੇ ਸਾਧ ਸੰਗਤ, ਬਹੁਤੇ ਸਮੇਂ ਤੋਂ, ਲੰਮੇ ਸਮੇਂ ਤੋਂ ਬਾਅਦ ਤੇ ਬਹੁਤੀ ਮਹਿੰਗੀ ਚੀਜ਼ ਮਿਲੀ ਹੋਵੇ, ਉਹਦੀ ਇਨਸਾਨ ਕਦਰ ਕਰਦਾ। ਜਿਵੇਂ ਹੁਣ ਆਪਾਂ ਨੂੰ ਇਨਸਾਨੀ ਜਾਮਾ ਮਿਲਿਆ ਹੋਇਆ, ਸਰੀਰਕ ਜਾਮਾ ਮਨੁੱਖਾ ਦੇਹੀ, ਇਹ 7.5 ਅਰਬ ਕਰੋੜ ਸਾਲ ਲੰਘੇ ਤੋਂ ਬਾਅਦ ਆਪਾਂ ਨੂੰ ਮਨੁੱਖਾ ਦੇਹੀ ਮਿਲੀ। 7.5 ਅਰਬ ਕਰੋੜ ਸਾਲ ਲੰਘਿਆ। ਉਹ ਕਿਵੇਂ? 42 ਲੱਖ ਜੋਨੀ ਆਪਾਂ ਪਹਿਲਾਂ ਪਾਣੀ ਵਿੱਚ ਭੋਗ ਕੇ ਆਇਆ। ਆਖੋ ਸਤਨਾਮ। ਵਾਹਿਗੁਰੂ। ਫਿਰ ਕੁਝ ਜੂਨਾਂ ਆਪਾਂ ਧਰਤੀ 'ਤੇ ਭੋਗੀਆਂ। ਆਪਾਂ ਕੀੜੇ ਪਤੰਗੇ ਵੀ ਬਣੇ, ਪਸ਼ੂ ਪੰਛੀ ਵੀ ਬਣੇ, ਦਰੱਖਤਾਂ ਦੀ ਜੂਨ ਵੀ ਆਪਾਂ ਭੋਗੀ ਹੈ, ਇਹ ਵੀ ਜੂਨ ਹੈ ਦਰੱਖਤਾਂ ਦੀ। ਅਤੇ ਫਿਰ ਕਿਤੇ ਇੰਨਾ ਲੰਮਾ ਸਮਾਂ ਕੱਟਣ ਤੋਂ ਬਾਅਦ ਆ ਮਨੁੱਖਾ ਦੇਹੀ ਮਿਲੀ ਹੈ, ਜਿਹਦੀ ਬਾਬਤ ਆਪਾਂ ਨੂੰ ਸਤਿਗੁਰੂ ਜੀ ਰੋਜ਼ ਕਿਰਪਾ ਕਰਦੇ ਨੇ। ਭਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਵਰੀਆ। ਤੁਹਾਨੂੰ ਰੱਬ ਦੀ ਪ੍ਰਾਪਤੀ ਵਾਸਤੇ ਜਾਮਾ ਮਿਲਿਆ, ਸਰੀਰਕ ਜਾਮਾ। ਰਹੋ ਵਿਚਾਰ, ਪੰਡਿਤ ਹਰਦਿਆਲ ਘਰੇ ਪਹੁੰਚ ਗਿਆ ਹੈ, ਜਾ ਕੇ ਸਾਧ ਸੰਗਤ ਜਨਮ ਪੱਤਰੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਨਮਸਕਾਰਾਂ ਕਰੀ ਜਾਂਦਾ ਹੈ, ਆਪਣੇ ਆਹੋ ਅੱਛੇ ਭਾਗ ਸਮਝ ਰਿਹਾ ਕਿ ਮੈਂ ਵੀ ਦੀਦਾਰ ਕਰ ਲਈ। ਹੁਣ ਸਾਧ ਸੰਗਤ ਨੰਨੇ ਅੱਖਰ 'ਤੇ ਨਾਨਕ ਨਾਮ ਰੱਖ ਦਿੱਤਾ, ਪੱਤਰੀ ਬਣਾ ਕੇ ਸਭ ਕੁਛ ਪਿਤਾ ਮਹਿਤਾ ਕਾਲੂ ਜੀ ਦੇ ਘਰ ਆਇਆ। ਪਟਵਾਰੀ ਜੀ, ਇਹ ਤੁਹਾਡੇ ਘਰ ਕੋਈ ਨਿਧਾਨ ਬੱਚਾ ਨਹੀਂ ਆਇਆ, ਆਮ ਬੱਚਾ ਨਹੀਂ ਆਇਆ, ਸੰਸਾਰੀ ਜੀਵ ਨਹੀਂ ਆਇਆ, ਇਹਦੇ ਸੀਸ 'ਤੇ ਇਲਾਹੀ ਛਤਰ ਝੁਲਣਗੇ। ਆਖੋ ਸਤਨਾਮ। ਵਾਹਿਗੁਰੂ। ਵੱਡੇ ਵੱਡੇ ਰਾਜੇ ਮਹਾਰਾਜੇ ਵੀ ਇਹਦੇ ਚਰਨਾਂ 'ਤੇ ਝੁਕਿਆ ਕਰਨਗੇ। ਖਾਰੇ ਸਮੁੰਦਰਾਂ ਵੱਲ ਨੂੰ ਜਾਊਗਾ ਤਾਂ ਸਮੁੰਦਰ ਵੀ ਲੰਘਣ ਵਾਸਤੇ ਪਾਣੀ ਵੀ ਰਸਤਾ ਛੱਡ ਦਿਆ ਕਰਨਗੇ। ਜਿਹੜੇ ਕੋਹੜੀ 'ਤੇ ਇਹਦੀ ਦ੍ਰਿਸ਼ਟੀ ਪੈ ਜਾਇਆ ਕਰੂੰ, ਉਹਦੀ ਕੰਚਨ ਵਰਗੀ ਸਾਫ਼ ਦੇਹੀ ਹੋ ਜਾਇਆ ਕਰੂਗੀ। ਕਿਸੇ ਕੰਗਾਲ 'ਤੇ ਇਹਦੀ ਦ੍ਰਿਸ਼ਟੀ ਪਊਗੀ, ਉਹ ਅਮੀਰ ਬਣ ਜਾਇਆ ਕਰੇਗਾ। ਅਤੇ ਜੇ ਕਿਸੇ ਨੇ ਸ਼ਰਧਾ ਨਾਲ ਦਰਸ਼ਨ ਕਰ ਲਏ, ਜੈਸੇ ਦਰਸ਼ਨ ਕਰੇਗਾ ਉਸੀ ਨਿਹਾਲ ਤਾਈ ਇਹਨਾਂ ਤੋਂ ਮਿਲ ਜਾਇਆ ਕਰੂਗੀ। ਇਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਹੈ। ਪਟਵਾਰੀ ਮਹਿਤਾ ਕਾਲੂ ਜੀ ਕਹਿਣ ਲੱਗੇ, ਨਾਨਕ ਨਾਮ, ਇਹ ਤਾਂ ਜਿੱਦਾਂ ਇੱਕ ਮੁਸਲਮਾਨਾਂ ਦਾ ਨਾਮ ਹੁੰਦਾ ਇੱਦਾਂ ਲੱਗਦਾ ਹੈ। ਮਹਿਤਾ ਕਾਲੂ ਪਿਤਾ ਜੀ ਨੂੰ ਕਹਿੰਦੇ ਨੇ ਪੰਡਿਤ ਹਰਦਿਆਲ ਜੀ, ਹੇ ਪਟਵਾਰੀ, ਇਹ ਸੰਸਾਰ 'ਤੇ ਸ਼੍ਰੀ ਰਾਮ ਚੰਦਰ ਜੀ ਆਏ, 14 ਕਲਾਂ ਦੇ ਮਾਲਕ, ਤ੍ਰੇਤੇ ਯੁੱਗ ਦੇ ਅੰਦਰ ਇਸ ਸੰਸਾਰ ਵਿੱਚ ਸ਼੍ਰੀ ਕ੍ਰਿਸ਼ਨ ਜੀ ਆਏ, 16 ਕਲਾਂ ਦੇ ਮਾਲਕ, ਦੁਆਪਰ ਯੁੱਗ ਦੇ ਵਿੱਚ ਅਤੇ ਕਲਯੁੱਗ ਦੇ ਵਿੱਚ ਇਹ ਨਾਨਕ ਜੀ ਆਏ ਹਨ। ਅਨੰਤ ਕਲਾਂ ਲੈ ਠਾਕਰ ਚੜ੍ਹਿਆ, ਬੇਅੰਤੀ ਕਲਾਂ ਜਿਹੜੀਆਂ ਗਿਣੀਆਂ ਹੀ ਨਹੀਂ ਜਾ ਸਕਦੀਆਂ, ਇੰਨੀਆਂ ਸ਼ਕਤੀਆਂ ਦੇ ਇਹ ਮਾਲਕ ਨੇ। ਇਹਨਾਂ ਨੇ ਤੇਰੇ ਘਰ ਦੇ ਵਿੱਚ ਆ ਪ੍ਰਕਾਸ਼ ਧਾਰਨ ਕੀਤਾ ਹੈ। ਤੈਨੂੰ ਇੱਕ ਗੱਲ ਸੱਚੀ ਦੱਸਦੇ ਹਾਂ, ਇਸ ਨੂੰ ਸਮਝਣਾ ਕਰੀ ਹੇ ਪਟਵਾਰੀ, ਤੇਰੇ ਘਰ ਪਰਮੇਸ਼ਰ ਆਇਆ, ਤੇਰੇ ਘਰ ਪਰਮੇਸ਼ਰ ਆਇਆ,
ਜੋਤ ਹੈ ਰੱਬੀ ਜੋਤ ਹੈ ਪਟਵਾਰੀ ਇਹਨੂੰ ਆਪ ਦਾ ਮੁੰਡਾ ਹੀ ਨਾ ਸਮਝੀ ਜਾਈ ਇੱਕ ਦੁਨਿਆਵੀ ਤੌਰ 'ਤੇ ਕਿ ਚੱਲ ਮੇਰਾ ਪੁੱਤਰ ਹੀ ਹੈ ਨਾਨਕ ਨਹੀਂ ਗੱਲ ਤੈਨੂੰ ਸਿਰੇ ਦੀ ਦੱਸਦਿਆਂ ਸ਼੍ਰੀ ਰਾਮ ਚੰਦਰ ਜੀ ਵੀ ਆਏ ਸੰਸਾਰ 'ਤੇ ਉਹਨਾਂ ਨੂੰ ਬਹੁਤੇ ਹਿੰਦੂ ਲੋਕਾਂ ਨੇ ਮੰਨਿਆ ਕ੍ਰਿਸ਼ਨ ਜੀ ਵੀ ਆਏ ਸੰਸਾਰ 'ਤੇ ਉਹਨਾਂ ਨੂੰ ਵੀ ਜ਼ਿਆਦਾ ਹਿੰਦੂ ਲੋਕਾਂ ਨੇ ਹੀ ਮੰਨਿਆ ਪਰ ਇਹ ਜਿਹੜੀ ਜੋਤ ਆਈ ਹੈ ਇਹ ਜੋਤ ਦੇ ਅੱਗੇ ਇਕੱਲੇ ਹਿੰਦੂ ਨਹੀਂ ਇਕੱਲੇ ਮੁਸਲਮਾਨ ਹੀ ਨਹੀਂ ਇਹਨਾਂ ਦੇ ਚਰਨਾਂ 'ਤੇ ਤਾਂ ਉਹ ਸਿਰ ਝੁੱਕ ਜੂ ਸਾਰੀ ਦੁਨੀਆ ਦਾ ਝੁੱਕ ਜੂ ਸਾਰੀ ਦੁਨੀਆ ਦਾ ਝੁੱਕ ਜੂ ਸਾਰੀ ਦੁਨੀਆ ਦਾ ਸਿਰ ਸਾਰੀ ਦੁਨੀਆ ਝੁੱਕ ਜੂ ਸਾਰੀ ਦੁਨੀਆ ਦਾ ਸਾਰੀ ਦੁਨੀਆ ਦਾ ਚਾਰੇ ਵਰਨ ਉਹ ਵੀ ਸੀਸ ਝੁਕਾਉਣਗੇ ਮੁਸਲਮਾਨ ਕਹਿਣਗੇ ਸਾਡੇ ਪੀਰ ਨੇ ਹਿੰਦੂ ਕਹਿਣਗੇ ਇਹ ਸਾਡੇ ਗੁਰੂ ਨੇ ਸਾਰੀ ਕਾਇਨਾਤ ਹੀ ਇਹਨਾਂ ਨੂੰ ਇੱਕ ਵੱਡਾ ਪੀਰਾਂ ਦਾ ਪੀਰ ਮੰਨੇਗੀ ਪੀਰਾਂ ਦਾ ਪੀਰ ਗੁਰੂ ਨਾਨਕ ਸ਼ਾਹ ਫਕੀਰ ਸਭ ਪੀਰਾਂ ਦਾ ਪੀਰ ਇਹ ਉਹ ਆਏ ਨੇ ਤੇਰੇ ਘਰ ਵਿੱਚ ਪ੍ਰਗਟ ਹੋਏ ਨੇ ਆਈ ਇੱਕ ਗੱਲ ਦੱਸ ਦਿੰਦਾ ਇਹਨਾਂ ਦੀ ਚਾਲ ਸੰਸਾਰ ਤੋਂ ਵੱਖਰੀ ਹੋਏਗੀ ਦੇਖਣੀ ਵੱਖਰੀ ਹੋਏਗੀ ਇਹਨਾਂ ਦੇ ਚੋਜਾਂ ਦਾ ਕੋਈ ਅੰਤ ਨਹੀਂ ਪਾ ਸਕੇਗਾ ਜਿੱਡੀ ਕੋਈ ਸ਼ਰਧਾ ਭਾਵਨਾ ਰੱਖੇਗਾ ਓਡੀ ਪਦਵੀ ਤੇ ਫਲ ਮਿਲੇਗਾ ਉਸਨੂੰ ਆਖੋ ਸਤਨਾਮ ਕਿਆ ਸੱਚ ਹੈ ਜੇ ਮੱਕੇ ਗਏ ਸਤਿਗੁਰੂ ਨਾਨਕ ਸਾਹਿਬ ਜੀ ਮੁਸਲਮਾਨਾਂ ਨੇ ਮੰਨ ਲਿਆ ਗੁਰੂ ਨਾਨਕ ਸ਼ਾਹ ਇਹ ਸਾਡੇ ਪੀਰ ਨੇ ਆਖੋ ਸਤਨਾਮ ਤੇ ਹਰਿਦੁਆਰ ਗਏ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਹਨਾਂ ਨੇ ਵੀ ਜਦ ਦੇਖਿਆ ਉਹ ਚੜ੍ਹਦੀ ਦਿਸ਼ਾ ਵੱਲ ਨੂੰ ਸਾਧ ਸੰਗਤ ਸੂਰਜ ਨੂੰ ਪਾਣੀ ਦੇ ਰਹੇ ਸੀ ਗੰਗਾ ਵਿੱਚ ਖੜ ਕੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੰਗਾ ਵਿੱਚ ਵੜੇ ਉੱਤਰ ਦਿਸ਼ਾ ਵੱਲ ਨੂੰ ਪਾਣੀ ਦੇਣ ਲੱਗ ਗਏ ਸ਼ਿਪ ਦੀ ਦਿਸ਼ਾ ਵੱਲ ਨੂੰ ਦੇਖਦੇ ਨੇ ਕਿ ਸੰਤ ਕੈਸੇ ਨੇ ਇਹ ਉਲਟ ਪਾਸੇ ਨੂੰ ਪਾਣੀ ਦੇਈ ਜਾਂਦੇ ਨੇ ਚੋਲੀਆਂ ਭਰ ਭਰ ਕੇ ਉਚਣਾ ਕੀਤਾ ਸੰਤ ਜੀ ਇਹ ਕੀ ਕਰਦੇ ਹੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਹਿਣਾ ਕੀਤਾ ਪੰਡਤੋ ਬ੍ਰਾਹਮਣੋ ਤੁਸੀਂ ਕੀ ਕਰਦੇ ਹੋ ਕਹਿੰਦੇ ਅਸੀਂ ਤਾਂ ਸੂਰਜ ਨੂੰ ਪਾਣੀ ਦਿੰਦੇ ਹਾਂ ਸੂਰਜ ਨੂੰ ਸਾਡੇ ਜਿਹੜੇ ਪਿੱਤਰ ਨੇ ਵੱਡੇ ਵਡੇਰੇ ਉੱਥੇ ਪਹੁੰਚੇ ਹੋਏ ਨੇ ਉੱਥੇ ਪਾਣੀ ਪਹੁੰਚਾਉਂਦੇ ਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮੈਂ ਕਰਤਾਰਪੁਰ ਵਿਖੇ ਫਸਲ ਬੀਜ ਕੇ ਆਇਆ ਸੀ ਮੈਂ ਉੱਥੇ ਨੂੰ ਪਾਣੀ ਪਹੁੰਚਾ ਰਿਹਾ ਕਹਿਣ ਲੱਗੇ ਸੰਤ ਜੀ ਇਹ ਤੋਂ ਕਰਤਾਰਪੁਰ ਕਿੰਨਾ ਕੁ ਹੈ ਸਤਿਗੁਰੂ ਜੀ ਨੇ ਦੱਸ ਦਿੱਤਾ ਇੰਨੇ 100 ਮੀਲਾਂ ਹੈਗਾ ਕਰਤਾਰਪੁਰ ਕਹਿੰਦੇ ਐਡੀ ਦੂਰ ਪਾਣੀ ਕਿਵੇਂ ਜਾਏਗਾ ਸਤਿਗੁਰੂ ਨਾਨਕ ਸਾਹਿਬ ਕਹਿਣ ਲੱਗੇ ਤੁਹਾਡੇ ਸੂਰਜ ਨਾਲੋਂ ਤਾਂ ਮੇਰਾ ਕਰਤਾਰਪੁਰ ਨੇੜੇ ਹੀ ਹੈ ਆਖੋ ਸਤਨਾਮ ਉਹਨਾਂ ਨੂੰ ਸੋਝੀ ਦੇ ਦਿੱਤੀ ਹਾਂ ਉਹ ਇਹ ਝੂਠੇ ਸਾਧ ਸੰਗਤ ਭਰਮ ਜਿਹਾ ਛੱਡ ਕੇ
ਉਹਨਾਂ ਨੇ ਸੱਚ ਦਾ ਰਾਹ ਅਪਣਾ ਲਿਆ, ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰ ਦਿੱਤੀ। ਇਸੇ ਤਰ੍ਹਾਂ ਭੂਮੀਏ ਚੋਰ ਨੂੰ ਉਤਾਰਿਆ, ਸੱਜਣ ਠੱਗ ਕੌਡੇ ਰਾਕਸ਼ ਕਿੰਨੇ ਕੁ ਗਿਣ ਦੀਏ, ਤਾਰੇ ਗਿਣੇ ਜਾਤ ਹੈ ਨਾ ਤਾਰੇ ਗਿਣੇ ਜਾਤ ਹੈ। ਹੋ ਸਕਦਾ ਕੋਈ ਅਸਮਾਨ ਦੇ ਤਾਰੇ ਗਿਣ ਲਵੇ ਕੋਈ ਵਿਗਿਆਨਕ ਸਾਇੰਸ ਦਾਨ ਬੰਦਾ, ਪਰ ਜਿੰਨੇ ਗੁਰੂ ਨਾਨਕ ਸਾਹਿਬ ਜੀ ਨੇ ਤਾਰੇ ਉਹ ਗਿਣਤੀ ਤੋਂ ਬਾਹਰ ਨੇ, ਗਿਣੇ ਜਾ ਹੀ ਨਹੀਂ ਸਕਦੇ। ਆਖੋ ਸਤਨਾਮ। ਤੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੀ ਜੋਤ ਜਗਾਉਣ ਵਾਲੇ ਸਾਧ ਸੰਗਤ, ਉਹ ਹੀ ਛੇਵਾਂ ਜਾਮਾ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਸਿਆੜ ਸਾਹਿਬ ਨਗਰੀ ਵਿੱਚ ਆਏ ਨੇ। ਦਿਲ ਬਾਗ ਘੋੜਾ ਕੁਝ ਜ਼ਖਮੀ ਸੀ, ਸਰੀਰ ਛੱਡ ਗਿਆ। ਜਦੋਂ ਸਿਆੜ ਸਾਹਿਬ ਨਿਵਾਸੀਆਂ ਨੂੰ, ਨਗਰ ਨਿਵਾਸੀਆਂ ਨੂੰ ਪਤਾ ਲੱਗਿਆ, ਪਹੁੰਚੇ ਨੇ ਸਤਿਗੁਰੂ ਜੀਆਂ ਨੂੰ ਜੀ ਆਇਆ, ਕਿਹਾ ਜਲ ਪਾਣੀ ਦੀ ਸੇਵਾ ਕੀਤੀ ਅਤੇ ਘੋੜੇ ਨੂੰ ਟੋਆ ਪੁੱਟ ਕੇ ਦਫਨਾਉਣਾ ਕੀਤਾ ਅਤੇ ਸੰਗਤਾਂ ਨੇ ਬੈਰਾਗ ਵੀ ਕੀਤਾ, ਸਤਿਗੁਰੂ ਜੀ ਦੇ ਦੂਸਰੇ ਘੋੜੇ ਦਾ ਇੰਤਜ਼ਾਮ ਕੀਤਾ। ਸਤਿਗੁਰੂ ਜੀ ਚਾਲਾ ਪਾਉਣ ਲੱਗੇ ਨੇ, ਸੰਗਤਾਂ ਨੇ ਬੇਨਤੀ ਕੀਤੀ, ਸਿਆੜ ਨਿਵਾਸੀ ਸੰਗਤਾਂ ਨੇ, ਮਹਾਰਾਜ ਇੱਥੇ ਹੀ ਬਰਾਜ ਜਾਓ। ਕਹਿਣ ਲੱਗੇ ਕੋਈ ਨਹੀਂ, ਫਿਰ ਸਮਾਂ ਬਣੇਗਾ, ਨਿਰੰਕਾਰ ਨੂੰ ਪਾਇਆ ਤਾਂ ਫਿਰ ਇੱਥੇ ਫੇਰਾ ਪਾ ਜਾਂਗੇ। ਅਤੇ ਸਾਧ ਸੰਗਤ ਉੱਥੇ ਕੁਝ ਸਮੇਂ ਤੋਂ ਬਾਅਦ ਇੱਕ ਗੁੱਜਰ ਜਾਤੀ ਦੇ ਬੰਦੇ ਨੇ ਟੋਆ ਪੁੱਟ ਕੇ ਘੋੜੇ ਤੋਂ ਦਸਾਲਾ ਲਾਹ ਕੇ ਕਿਤੇ ਦੂਰ ਜਾ ਕੇ ਵੇਚ ਦਿੱਤਾ। ਜਦ ਸਤਿਗੁਰ ਆਏ ਦੂਸਰੀ ਵਾਰ ਪਤਾ ਲੱਗਿਆ ਅਤੇ ਆਸੇ ਪਾਸੇ ਪਤਾ ਕਰਿਆ ਤਾਂ ਨਹੀਂ ਪਤਾ ਲੱਗ ਸਕਿਆ। ਸਤਿਗੁਰੂ ਜੀ ਨੇ ਫਰਮਾਉਣਾ ਕੀਤਾ ਕਿ ਸਿਆੜ ਨਗਰ ਦੇ ਵਿੱਚ ਗੁੱਜਰ ਜਾਤੀ ਦਾ ਬੰਦਾ ਹੀ ਨਹੀਂ ਰਹੇਗਾ। ਆਖੋ ਸਤਨਾਮ। ਇਹ ਦਿਲ ਬਾਗ ਘੋੜੇ ਨੇ ਸਾਡੀ ਬਹੁਤ ਸੇਵਾ ਕੀਤੀ ਸੀ, ਅਸੀਂ ਇਹਦੀ ਸਵਾਰੀ ਕਰਦੇ ਰਹੇ ਸੀ, ਅਸੀਂ ਇਹਦਾ ਸਤਿਕਾਰ ਕੀਤਾ, ਈਰਾਨ ਦੇਸ਼ ਦਾ ਦੁਸ਼ਾਲਾ ਪਾਇਆ ਸੀ, ਉਹਨੇ ਕਿਉਂ ਕੱਢ ਕੇ ਵੇਚਿਆ, ਇਹ ਨਰਾਦਰੀ ਕੀਤੀ ਹੈ। ਔਰ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ, ਇਹ ਨਗਰ ਸਦਾ ਹੀ ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਸਤਿਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਜੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਫਰਮਾਉਣਾ ਕੀਤਾ, ਹਾਂ ਸਮੇਂ ਸਮੇਂ ਦੇ ਨਾਲ ਇਸ ਨਗਰ ਦੇ ਵਿੱਚ ਸਾਧੂ ਭੇਜਾਂਗੇ ਜਿਹੜੇ ਨਾਮ ਅਤੇ ਗੁਰਬਾਣੀ ਦੇ ਨਾਲ ਜੋੜਨਗੇ। ਆਖੋ ਸਤਨਾਮ। ਸਿਆੜ ਸਾਹਿਬ ਨਗਰ ਦੇ ਵਿੱਚ ਸਾਧ ਸੰਗਤ ਸਾਧੂ ਗਿਆਨ ਦਾਸ ਮਹਾਰਾਜ ਜੀ ਹੋਏ ਜਿਹੜੇ ਉਦਾਸੀ ਧਰਮ ਵਿੱਚੋਂ ਸਨ, ਧੰਨ ਧੰਨ ਬਾਬਾ ਸ਼੍ਰੀ ਚੰਦ ਮਹਾਰਾਜ ਜੀਆਂ ਦੀ ਗੱਦੀ 'ਚੋਂ, ਉਹਨਾਂ ਨੇ ਕੀ ਦੇਣ ਦਿੱਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਸਿਖਾਇਆ ਕਰਦੇ, ਭਾਵ ਸੰਥਿਆ ਦਿਆ ਕਰਦੇ। ਉਸੇ ਨਗਰ ਦੇ ਵਿੱਚ ਧੰਨ ਸ਼੍ਰੀ ਹਜ਼ੂਰ ਬਾਬਾ ਮੀਹਾਂ ਸਿੰਘ ਮਹਾਰਾਜ ਜੀ, ਮਾਤਾ ਰਾਮ ਕੌਰ, ਪਿਤਾ ਅਮਰ ਸਿੰਘ ਪੰਧੇਰ ਗੋਤ, ਜ਼ਿਮੀਂਦਾਰ ਘਰਾਣੇ ਦੇ ਵਿੱਚ 7 ਸਾਲ ਦੀ ਉਮਰ ਹੈ, ਸਾਧੂ ਗਿਆਨ ਦਾਸ ਪਾਸੋਂ ਗੁਰਬਾਣੀ ਦੀ ਵਿੱਦਿਆ ਪ੍ਰਾਪਤ ਕਰਦੇ ਨੇ। ਉਹਨਾਂ ਨੇ ਮਸਤਕ ਦੇਖਿਆ, ਕਹਿਣ ਲੱਗੇ ਕਾਕਾ ਤੇਰੇ ਮਸਤਕ ਦੇ ਵਿੱਚ ਧੁਰ ਦੀ ਫਕੀਰੀ ਲਿਖੀ ਹੋਈ ਹੈ, ਧੁਰੋਂ ਹੀ ਫਕੀਰੀ ਲਿਖਾ ਕੇ ਲਿਆਏ, ਇਹਨੂੰ ਕੋਈ ਮੇਟ ਨਹੀਂ ਸਕਦਾ। ਜੇ ਕੋਈ ਕਹੇ ਨਾ ਕੋਈ ਗਰੀਬ ਹੁੰਦਾ ਜਾਂ ਇੱਦਾਂ ਤਾਂ ਕਿਤੇ ਸਾਧੂ ਬਣਦਾ ਨਹੀਂ, ਜਿਹਦੀ ਧੁਰ ਦੀ ਫਕੀਰੀ ਲਿਖੀ ਹੋਈ ਹੈ ਨਾ ਉਹ ਅਮੀਰੀ ਵਿੱਚੋਂ ਰਹਿੰਦਾ ਵੀ ਫਕੀਰ ਬਣੇਗਾ। ਆਖੋ ਸਤਨਾਮ। ਇੱਕ ਦਿਨ ਸਤਿਗੁਰ ਮਹਿੰਡੇ ਪਾਸੋਂ ਪਰ ਪ੍ਰੇਮ ਸੁਰਾਹੀ ਪੀਤੀ, ਭਾਗ ਹਮਾਰੇ ਲਿਖੀ ਫਕੀਰੀ ਸੋ ਮਸਤਕ ਧਰ ਲੀਤੀ। ਜਿਹੜੀ ਧੁਰੋਂ ਹੀ ਲਿਖੀ ਗਈ ਮਸਤਕ ਵਿੱਚ, ਤੈ ਫਕੀਰ ਬਣਨਾ, ਤੈ ਸੰਸਾਰ ਦਾ ਉਧਾਰ ਕਰਨਾ ਹੈ, ਨਾਮ ਜਪਾਉਣਾ ਹੈ, ਸੇਵਾਵਾਂ ਕਰਨੀਆਂ ਹਨ, ਗਰੀਬਾਂ ਲੋੜਵੰਦਾਂ ਦੀ ਤੈ ਸਹਾਇਤਾ ਮਦਦ ਕਰਨੀ ਹੈ, ਉਹਨਾਂ ਨੂੰ ਤਾਂ ਆਪਣੇ ਸਰੀਰ ਦੀ ਵੀ ਪਰਵਾਹ ਨਹੀਂ ਰਹਿੰਦੀ। ਜਿਵੇਂ ਇੱਕ ਸੰਤ ਮਹਾਂਪੁਰਸ਼ ਸੰਤ ਬਾਬਾ, ਇਹ ਲੁਭਾਣੇ ਵਾਲੇ ਹੋਏ ਨੇ, ਮੁਨੀ ਰਾਧਾ ਰਾਮ ਜੀ, ਉਹਨਾਂ ਨੇ ਮੌਨ ਰੱਖ ਲਿਆ, ਭਗਤੀ ਕਰੀ ਗਏ ਪਿੰਡ ਦੇ ਵਿੱਚ, ਫਿਰ
ਬਾਹਰ ਚਲੇ ਗਏ। ਇੰਨੀ ਉੱਚੀ ਅਵਸਥਾ ਹੋ ਗਈ, ਫਿਰ ਨਗਰ ਦੇ ਵਿੱਚ ਆ ਗਏ ਆਪਣੇ ਜਿਸ ਨਗਰ ਦੇ ਜੰਮਪਲ ਸਨ ਲੁਬਾਣੇ ਦੇ ਪਾਤਸ਼ਾਹ ਦੇ ਕੋਲੇ ਆਏ ਅਤੇ ਸਾਧ ਸੰਗਤ ਤੋਂ ਸੰਗਤ ਨੂੰ ਕਹਿਣ ਲੱਗੇ, ਅਸੀਂ ਹੁਣ ਸਰੀਰ ਛੱਡਣਾ, ਇੱਕ ਸਾਡੀ ਇੱਛਾ ਵਾ। ਪੰਚਾਇਤ ਇਕੱਠੀ ਕਰ ਲਈ, ਕਹਿਣ ਲੱਗੇ ਦੱਸੋ ਮਹਾਰਾਜ ਜੀ, ਅਸੀਂ ਤੁਹਾਡੇ ਬਚਨ ਨੂੰ ਮੰਨਾਂਗੇ। ਕਹਿੰਦੇ ਜਦੋਂ ਅਸੀਂ ਸਰੀਰ ਛੱਡ ਜਾਈਏ, ਸਾਡੇ ਪੈਰਾਂ ਨੂੰ ਲੱਜ ਪਾ ਕੇ ਨਾ ਘੜੀਸ ਕੇ ਕਿਸੇ ਜੰਗਲ ਵਿੱਚ ਲੈ ਜਾਇਓ, ਤਾਂ ਕਿ ਸਾਡੇ ਜਿਹੜਾ ਸਰੀਰ ਦਾ ਭੰਡਾਰ ਹੈ ਜਾਨਵਰ ਛੱਕ ਲੈਣਗੇ। ਆਖੋ ਸਤਨਾਮ ਵਾਹਿਗੁਰੂ। ਹੁਣ ਤਾਂ ਨਿੰਦਕ ਨਿੰਦਾ ਕਰਦੇ ਨੇ ਨਾ ਸਾਧੂਆਂ ਦੀ, ਅਤੇ ਸਾਧੂ ਦੀ ਜਿਹੜੀ ਨਿੰਦਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ ਨੇ, ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਇਹਦਾ ਕੀ ਅਰਥ ਹੈ? ਉਹ ਜੰਮਦਾ ਤੇ ਮਰਦਾ ਹੈ ਸੰਤਾਂ ਦਾ ਨਿੰਦਕ ਜਿਹੜਾ, ਜੰਮਦਾ ਤੇ ਮਰਦਾ ਬਈ ਸੰਤਾਂ ਦਾ ਨਿੰਦਕ ਜਿਹੜਾ, ਦੱਸਦੀ ਹੈ ਵੀ ਜਿਹੜਾ ਸੰਤਾਂ ਦੀ ਨਿੰਦਿਆ ਕਰਦਾ, ਜੰਮੀ ਜਾਓ ਮਰੀ ਜਾਓ, ਜੰਮੀ ਜਾਓ ਮਰੀ ਜਾਓ, ਮੁਕਤ ਨਹੀਂ ਹੋ ਸਕੂਗਾ। ਆਖੋ ਸਤਨਾਮ। ਧੰਨ ਸ਼੍ਰੀ ਹਜ਼ੂਰ ਬਾਬਾ ਮੀਆਂ ਸਿੰਘ ਜੀ ਮਹਾਰਾਜ ਜੀ ਨੂੰ ਸੰਤ ਬਾਬਾ ਗਿਆਨ ਦਾਸ ਜੀ ਨੇ ਪੰਜ ਪਾਠ ਜਪਜੀ ਸਾਹਿਬ ਦੇ ਦੱਸੇ ਕਿ ਪੰਜ ਪਾਠ ਜਪਜੀ ਸਾਹਿਬ ਦੇ 7 ਸਾਲ ਦੀ ਉਮਰ ਹੈ, ਰੋਜ਼ਾਨਾ ਕਰਕੇ ਫੇਰ ਪ੍ਰਸ਼ਾਦਾ ਛਕਣਾ ਹੈ। ਆਖੋ ਸਤਨਾਮ। ਇਸੇ ਤਰ੍ਹਾਂ ਸਾਧ ਸੰਗਤ ਜ਼ਿਮੀਂਦਾਰ ਘਰਾਣੇ ਦੇ ਵਿੱਚ ਇਹ ਦੋ ਭਰਾ ਸਨ, ਸੰਤ ਬਾਬਾ ਟਹਿਲ ਸਿੰਘ ਜੀ, ਇਹਨਾਂ ਨੂੰ ਪਿੰਡ ਦੇ ਵਿੱਚ ਟਹਿਲਾ ਅਤੇ ਮਹਿਲਾ ਕਹਿੰਦੇ ਸੀ। ਦੋ ਭਾਈ ਸੀ ਇਹ। ਬਾਬਾ ਜੀ ਦੀ ਰਸਨਾ ਤੋਂ ਸੁਣਿਆ ਬਚਨ ਮੈਂ ਆਪ ਜੀ ਨਾਲ ਸਾਂਝਾ ਕਰਨ ਲੱਗਿਆ। ਕਹਿੰਦੇ ਇਕੱਠਿਆਂ ਨੇ ਹੀ ਲੰਗਰ ਪਾਣੀ ਛਕਣਾ, ਇਕੱਠਿਆਂ ਨੇ ਬੈਠਣਾ, ਇਕੱਠਿਆਂ ਨੇ ਪੈਣਾ। ਬਹੁਤ ਪਿਆਰ ਸੀ ਦੋਹਾਂ ਭਾਈਆਂ ਦਾ ਆਪਸ ਵਿੱਚ, ਟਹਿਲਾ ਅਤੇ ਮਹਿਲਾ। ਕਮਾਦ ਨੂੰ ਅੱਗ ਲੱਗ ਗਈ, ਮਨ ਵਿੱਚ ਅਫਸੋਸ ਹੋਇਆ, ਬੜੇ ਜੀਵ ਜੰਤੂ ਜਲ ਗਏ ਨੇ, ਬੇਚੈਨੀ ਲੱਗੀ ਰਿਹਾ ਕਰੇ। ਸੰਤ ਬਾਬਾ ਟਹਿਲ ਸਿੰਘ ਜੀ ਨੂੰ, ਜਿਨ੍ਹਾਂ ਨੂੰ ਆਪਾਂ ਬਾਲਿਆਂ ਵਾਲੇ ਬਾਬਾ ਜੀ ਕਰਕੇ ਯਾਦ ਕਰਦੇ, ਉਹ ਵੱਡੇ ਵੱਡੇ ਵਾਲੇ ਪਾ ਕੇ ਰੱਖਦੇ ਸੀ, ਇਸ ਕਰਕੇ ਉਹਨਾਂ ਨੂੰ ਵਾਲਿਆਂ ਵਾਲੇ ਬਾਬਾ ਜੀ ਕਹਿੰਦੇ। ਆਖੋ ਸਤਨਾਮ। ਵਾਹਿਗੁਰੂ। ਤੇ ਸਾਧ ਸੰਗਤ ਕਿਸੇ ਫਕੀਰ ਨੂੰ ਮਿਲੇ, ਮੰਜਲੀ ਫਕੀਰ ਨੂੰ, ਬੇਨਤੀ ਕੀਤੀ, ਮਹਾਰਾਜ ਮੇਰੇ 'ਤੇ ਕਿਰਪਾ ਕਰੋ। ਬੇਚੈਨੀ ਲੱਗੀ ਰਹਿੰਦੀ ਹੈ ਤਨ ਅਤੇ ਮਨ ਨੂੰ, ਅਚਨਚੇਤ ਇੱਕ ਮੇ ਤੋਂ
ਅਪਾਪ ਹੋ ਚੁੱਕਾ ਹੈ। ਮਹਾਤਮਾ ਕੁਝ ਸਮਾਂ ਨੇਤਰ ਬੰਦ ਕਰਕੇ ਅੰਤਰ ਧਿਆਨ ਹੋਏ। ਤੁਹਾਨੂੰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਨੂੰ ਵੀ ਜੇ ਕੋਈ ਬੇਨਤੀ ਕਰਦਾ ਹੁੰਦਾ ਸੀ ਮਹਾਰਾਜ ਚਰਨਾਂ ਵਿੱਚ ਰੱਖ ਲਓ, ਬਹਿੰਗਮ ਬਣਾ ਲਓ, ਤਾਂ ਬਾਬਾ ਜੀ ਨੇ ਨੇਤਰ ਬੰਦ ਕਰਕੇ ਉਹਦਾ ਪਿਛਲਾ ਜਨਮ ਦੇਖਣਾ ਸਾਰਾ ਹੀ, ਫਿਰ ਉਹਨੂੰ ਦੱਸ ਦੇਣਾ ਕਿ ਤੇਰਾ ਫਲਾਣੇ ਸਾਧੂਆਂ ਦੀ ਲਿਸਟ ਵਿੱਚ ਨਾਮ ਆਉਂਦਾ, ਉਹਨਾਂ ਦੇ ਕੋਲ ਜਾ, ਉਹਨਾਂ ਦੇ ਕੋਲੋਂ ਧਰਨਾ ਤੈ ਆਖੋ ਸਤਨਾਮ। ਇਹ ਪੂਰਨ ਫਕੀਰਾਂ ਦੀਆਂ ਬਾਤਾਂ ਨੇ ਜਿਹੜੇ ਰੱਬ ਵਿੱਚ ਭੇਦ ਹੋਏ ਹੋਏ ਸਨ। ਜਿਹੜੀ ਵੇਲ ਦਾ ਕੱਦੂ ਹੋਵੇ ਉਸੇ ਵੇਲ ਥੱਲੇ ਲੱਗਦਾ। ਤੇ ਸਾਧ ਸੰਗਤ ਮਹਾਂਪੁਰਸ਼ਾਂ ਨੇ ਅੰਤਰ ਧਿਆਨ ਹੋ ਕੇ ਦੇਖਿਆ। ਤੁਹਾਨੂੰ ਬਾਬਾ ਟਹਿਲ ਸਿੰਘ ਜੀ ਨੂੰ ਕਹਿ ਰਹੇ ਨੇ ਤੁਸੀਂ ਟੋਭੇ ਪੁੱਟਣ ਦੀ ਸੇਵਾ ਕਰਨੀ ਹੈ। ਟੋਭੇ ਪੁੱਟੋਗੇ, ਮੀਂਹ ਪਵੇਗਾ, ਪਾਣੀ ਖੜੇਗਾ, ਵਿੱਚ ਜੀਆ ਜਨਮੇਗਾ ਔਰ ਪਸ਼ੂ ਪੰਛੀ ਵੀ ਟੋਭਿਆਂ ਵਿੱਚੋਂ ਜਲ ਛਕਣਗੇ ਤੇ ਫਿਰ ਅਸੀਸਾਂ ਦੇਣਗੇ। ਤੇ ਨਾਲ ਇਹ ਬੇਨਤੀ ਹੁਕਮ ਕਰ ਦਿੱਤਾ ਫਕੀਰ ਨੇ, ਇੱਕ ਗੱਲ ਦਾ ਖਿਆਲ ਰੱਖਣਾ ਹੈ, ਜਿੱਥੇ ਆਖਰੀ ਟੋਭਾ ਪੁੱਟਣਾ ਹੈ ਸਾਰੀ ਜ਼ਿੰਦਗੀ ਉੱਥੇ ਹੀ ਲਾ ਦੇਣੀ ਆ ਭਗਤੀ ਦੇ ਵਿੱਚ। ਆਖੋ ਸਤਨਾਮ। ਵਾਹਿਗੁਰੂ। ਸਾਰੀ ਜ਼ਿੰਦਗੀ ਇੱਕੋ ਹੀ ਜਗ੍ਹਾ ਆਸਣ ਰੱਖਣਾ, ਭਗਤੀ ਕਰੀ ਜਾਣੀ ਹੈ, ਆ ਸ਼ਬਦ ਦਾ ਸਿਮਰਨ ਕਰੀ ਜਾਣਾ, ਨਾਲ ਗੁਰਬਾਣੀ ਪੜ੍ਹੀ ਜਾਣੀ ਹੈ, ਸਤ ਵਚਨ ਮਹਾਰਾਜ। ਤੇ ਸਾਧ ਸੰਗਤ ਜੇ ਆਪਾਂ ਜੁਗਤੀਆਂ ਸਾਧੂਆਂ ਨੂੰ ਪੁੱਛੀ ਜਾਈਏ, ਪੰਜ ਛੇ ਸਾਧੂਆਂ ਨੂੰ ਪੁੱਛ ਲਈਏ ਜੀ ਕਿਹੜਾ ਨਾਮ ਜਪੀਦਾ, ਕਿਵੇਂ ਜਪੀਦਾ, ਜਪੀਏ ਕੋਈ ਵੀ ਨਾ, ਫਿਰ ਕੱਖ ਨਹੀਂ ਬਣਦਾ। ਜੁਗਤੀ ਪੁੱਛ ਲਈ, ਜਿਵੇਂ ਪੰਜ ਪਿਆਰੇ ਸਾਨੂੰ ਖੰਡੇ ਬਾਟੇ ਦੀ ਪੌਲ ਛਕਾਉਂਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਤਾਬਿਆ 'ਚ, ਫਿਰ ਉਹ ਗੁਰਮੰਤਰ ਅਤੇ ਮੂਲ ਮੰਤਰ ਦਾ ਸਿਮਰਨ ਦੱਸਦੇ ਨੇ, ਪੰਜ ਬਾਣੀਆਂ ਅੰਮ੍ਰਿਤ ਵੇਲੇ ਦੱਸਦੇ ਨੇ, ਸ਼ਾਮ ਵੇਲੇ ਸੋਦਰ ਰਹਿਰਾਸ ਸਾਹਿਬ ਪੈਣ ਵੇਲੇ ਕੀਰਤਨ ਸੋਹਲੇ ਦਾ ਪਾਠ, ਅਤੇ ਮੂਲ ਮੰਤਰ ਦੀ ਜਿਹੜੀ ਜੁਗਤੀ ਹੈ ਉਹ ਕਿਸੇ ਸਤਿਪੁਰਸ਼ ਪਾਸੋਂ ਪ੍ਰਾਪਤ ਹੋਏਗੀ। ਜਿਵੇਂ ਰਾੜੇ ਵਾਲੇ ਮਹਾਂਪੁਰਸ਼ਾਂ ਨੂੰ ਕਿਸੇ ਨੇ ਬੇਨਤੀ ਕਰਨੀ ਜੀ ਜੁਗਤੀ ਬਖਸ਼ੋ, ਉਹਨਾਂ ਨੇ ਸਭ ਤੋਂ ਪਹਿਲਾਂ ਮੂਲ ਮੰਤਰ ਦੱਸਣਾ ਕਿ ਐਂ ਜਪਣਾ। ਜਦੋਂ ਇਹ ਸਟੇਜ 'ਤੇ ਤੂੰ ਜਪਦਾ ਜਪਦਾ ਪੱਕ ਗਿਆ, ਦੂਜੀ ਤੇਰੀ ਕਲਾਸ ਆਊਗੀ, ਉੱਥੇ ਫਿਰ ਇਸ ਤਰ੍ਹਾਂ ਜਪਣਾ। ਜੁਗਤੀ ਦੇ ਨਾਲ ਮੁਕਤੀ ਹੁੰਦੀ ਹੈ। ਸਾਧੂ ਆਪਣਾ ਭੇਦ ਨਹੀਂ ਦੱਸਦਾ, ਰਮਜ ਦੇ ਦਿੰਦਾ ਹੈ। ਆਖੋ ਸਤਨਾਮ। ਵਾਹਿਗੁਰੂ। ਹੁਣ ਸੰਤ ਬਾਬਾ ਟਹਿਲ ਸਿੰਘ ਜੀ ਮਹਾਰਾਜ ਜੀ ਨੇ ਬਚਨ ਸੁਣੇ ਨੇ, ਹਿਰਦੇ ਦੇ ਵਿੱਚ ਗੱਠ ਦੇ ਲਈ ਕਿ ਮੈਂ ਮੰਨਾਂਗਾ ਅੱਜ ਤੋਂ। ਸਾਧੂ ਦਾ ਬਚਨ ਸੁਣਨਾ, ਸੁਣ ਕੇ ਮੰਨਣਾ, ਫਿਰ ਅਮਲ ਕਰਨਾ, ਫਿਰ ਆਨੰਦ ਮਿਲਦਾ ਵਾ। ਫਿਰ ਐਸਾ ਆਨੰਦ ਮਿਲਦਾ ਜਿਹੜਾ ਕਲਮ ਲਿਖ ਨਹੀਂ ਸਕਦੀ ਅਤੇ ਜੀਭਾ ਬਿਆਨ ਨਹੀਂ ਕਰ ਸਕਦੀ। ਜੀਭਾ ਬਿਆਨ ਨਹੀਂ ਕਰ ਸਕਦੀ, ਕਲਮ ਲਿਖ ਨਹੀਂ ਸਕਦੀ, ਇੰਨੀ ਉੱਚੀ ਮੰਜ਼ਿਲ ਪ੍ਰਾਪਤ ਹੋ ਜਾਂਦੀ ਹੈ। ਰਵੋ ਵਿਚਾਰ, ਸਮਾਂ ਨੇੜੇ ਲੱਗ ਚੁੱਕਾ, ਬੜਾ ਭਾਗਾਂ ਵਾਲਾ ਦਿਨ ਹੈ। ਅਸਲ ਮਹੀਨਿਆਂ ਵਿੱਚ ਸਾਰਾ ਨਗਰ ਕੀ ਮੈਂ ਇਲਾਕਾ ਹੀ ਕਹੂੰ ਭਾਗਾਂ ਵਾਲਾ। ਇੱਥੇ ਥੋੜ੍ਹੀ ਜਿਹੀ ਬੇਨਤੀ ਕਰ ਜਾਵਾਂ ਮੈਂ, ਅੱਜ ਇੱਧਰ ਮੇਰਾ ਖੱਬਾ ਹੱਥ ਹੈ ਜਸਪਾਲ ਬਾਂਗਰ ਨਗਰ ਵਿਖੇ। ਜਦੋਂ ਆਪਾਂ ਜਸਪਾਲਾਂ ਤੋਂ ਪਵਿਆਂ ਨੂੰ ਜਾਂਦੇ ਹਾਂ ਨਾ, ਰਸਤੇ ਵਿੱਚ ਇੱਕ ਕੁਟੀਆ ਬਣੀ ਹੋਈ ਹੈ, ਗਰੀਬ ਕੁਟੀਆ ਕਹਿੰਦੇ ਉਹਨੂੰ। ਉੱਥੇ ਇੱਕ ਪੂਰਨ ਮਹਾਂਪੁਰਖ ਸਨ, ਸਨ ਤਾਂ ਮੋਨੇ ਅਤੇ ਇਹ ਭਗਵੇਂ ਭੇਖ ਵਾਲੇ ਸਾਧੂ ਸਨ। ਉਹਨਾਂ ਦੀ ਮੰਜ਼ਿਲ ਕੀ ਸੀ? ਜਦੋਂ ਉਹਨਾਂ ਨੇ ਭੋਰਾ ਸਾਹਿਬ 'ਚ ਉਤਰ ਕੇ ਨੇਤਰ ਬੰਦ ਕਰਨੇ, ਚੌਂਕੜਾ ਲਗਾਉਣਾ, ਸਮਾਧੀ ਦੇ ਵਿੱਚ ਲੀਨ ਹੋ ਜਾਣਾ, ਸ਼ਬਦ ਦੇ ਵਿੱਚ ਸੁਰਤ ਲਗਾ ਲੈਣੀ। ਕੀ ਵਰਤਣਾ? ਲੱਤ ਕਿਤੇ ਪਈ ਹੈ, ਬਾਂਹ ਕਿਤੇ ਪਈ ਹੈ, ਧੜ ਕਿਤੇ ਪਈ ਹੈ। ਆਖੋ ਸਤਨਾਮ। ਵਾਹਿਗੁਰੂ। ਇਹਦਾ ਮਤਲਬ ਉਹ ਸ਼ਕਤੀ ਨਹੀਂ ਦਿਖਾਉਂਦੇ ਸੀ, ਜੀਵਤ ਮਰੀਏ ਭਵ ਜਲ ਤਰੀਏ, ਜਿਉਂਦੇ ਜੀ ਹੀ ਸ਼ਬਦ ਦੇ ਨਾਲ ਮਨ ਨੂੰ ਮਾਰ ਲੈਣਾ ਔਰ ਸਰੀਰ ਤੋਂ ਦੇਹ ਤੋਂ ਵਧੇ ਮੁਕਤ ਹੋ ਜਾਣਾ।
ਜਿਵੇਂ ਇੱਕ ਇਨਸਾਨ ਸਾਈਕਲ 'ਤੇ ਜਾ ਰਿਹਾ ਹੈ ਸੜਕ 'ਤੇ, ਇੱਕ ਇਨਸਾਨ ਹਵਾਈ ਜਹਾਜ਼ ਵਿੱਚ ਸਫ਼ਰ ਕਰ ਰਿਹਾ ਹੈ, ਕਿੰਨਾ ਅੰਤਰ ਹੈ। ਮੈਂ ਸੰਨ 1986-87 ਦੇ ਏੜ ਗੇੜ ਮੇਰੇ ਪਿਤਾ ਜੀ ਦੇ ਨਾਲ ਉਹਨਾਂ ਦੇ ਦਰਸ਼ਨ ਕੀਤੇ, ਉਹਨਾਂ ਨੇ ਕੁਝ ਪ੍ਰਵਚਨ ਕਹੇ ਸੀ, ਉਹ ਮੇਰੇ ਅੱਜ ਵੀ ਹਿਰਦੇ ਵਿੱਚ ਨੇ, ਸਾਂਭ ਕੇ ਰੱਖੇ ਹੋਏ ਨੇ। ਉਹਨਾਂ ਨੇ ਬਚਨ ਕਹੇ ਸੀ, ਕਿਉਂਕਿ ਪੂਰਨ ਸਾਨੂੰ ਕਮਾਈ ਦੇ ਵਿੱਚ, ਐਡੇ ਵੱਡੀ ਕਮਾਈ ਵਾਲੇ ਸਾਡੇ ਇਲਾਕੇ ਦੇ ਵਿੱਚ ਜਸਪਾਲ ਵਾਂਗਰ ਨਗਰ ਵਿਖੇ ਉਹ ਸਾਧੂ ਤਕਰੀਬਨ 105-107 ਸਾਲ ਦੀ ਉਮਰ ਉਹਨਾਂ ਨੇ ਭੋਗੀ ਹੈ। ਫਿਰ ਆ ਸੰਗੋਵਾਲ ਨਗਰ ਵਿਖੇ, ਧੰਨ ਬਾਬਾ ਬੈਣੀ ਦਾਸ ਮਹਾਰਾਜ ਜੀ, ਧੰਨ ਬਾਬਾ ਕੁਸ਼ਲਿਆ ਦਾਸ ਮਹਾਰਾਜ ਜੀ, ਧੰਨ ਬਾਬਾ ਈਸ਼ਰ ਦਾਸ ਮਹਾਰਾਜ ਜੀ, ਤਿੰਨ ਸਾਧੂ ਇਹ ਹੋ ਗਏ। ਚੌਥੇ ਧੰਨ ਧੰਨ ਸੰਤ ਬਾਬਾ ਟਹਿਲ ਸਿੰਘ ਜੀ, ਜਿਨ੍ਹਾਂ ਨੂੰ ਆਪਾਂ ਬਾਲਿਆਂ ਵਾਲੇ ਬਾਬਾ ਜੀ ਕਹਿੰਦੇ, ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਮਨਾ ਰਹੇ ਹਾਂ। ਗੱਜ ਕੇ ਆਖੋ ਸਤਨਾਮ। ਅਤੇ ਜਿੱਧਰ ਨੂੰ ਮੇਰਾ ਸੱਜਾ ਹੱਥ ਹੈ, ਇੱਧਰ ਰਣੀਆ ਨਗਰ ਵਿਖੇ 5-7 ਸਾਧੂਆਂ ਨੇ ਤਪ ਕੀਤਾ, ਅਤੇ ਉਸ ਤੋਂ ਬਾਅਦ 1983 ਤੋਂ 86 ਤੱਕ ਸੰਤ ਸਵਾਮੀ ਰਮੇਸ਼ਵਰਾਨੰਦ ਮਹਾਰਾਜ ਜੀ ਨੇ ਮੌਨ ਧਾਰ ਕੇ ਬੰਦਗੀ ਕੀਤੀ ਹੈ 3 ਸਾਲ। ਅੱਜ 36 ਸਾਲ ਹੋ ਚੁੱਕੇ ਨੇ। ਮੇਰਾ ਕਹਿਣ ਦਾ ਮਤਲਬ ਭਾਵ ਇੰਨਾ ਹੀ ਹੈ, ਸਾਧ ਸੰਗਤ ਇਹ ਸਾਡੀ ਨਗਰੀ ਦੀ ਧਰਤੀ ਔਰ ਇਰਦ ਗਿਰਦ ਇਲਾਕੇ ਦੀ ਧਰਤੀ, ਸਾਧੂਆਂ ਨੇ ਨਾਮ ਜਪ ਜਪ ਕੇ ਐਸੀ ਰੰਗਣ ਚਾੜ ਦਿੱਤੀ, ਅਤੇ ਸਾਧ ਸੰਗਤ ਇਹ ਇਲਾਕੇ ਦਾ ਨਾਮ 3-4 ਕੁੰਟਾਂ ਵਿੱਚ ਰੋਸ਼ਨ ਕਰਤਾ। ਫਕੀਰਾਂ ਨੇ ਆਖੋ ਸਤਨਾਮ। ਰਹੋ ਵਿਚਾਰ। ਧੰਨ ਧੰਨ ਸੰਤ ਬਾਬਾ ਟਹਿਲ ਸਿੰਘ ਮਹਾਰਾਜ, ਹੁਣ ਘਰ ਛੱਡ ਦਿੱਤਾ, ਵੈਰਾਗ ਲੱਗ ਗਿਆ ਹੈ। ਜੋ ਮੈਂ ਸਾਧੂ ਤੋਂ ਬਚਨ ਲਿਆ ਇਹਦੇ 'ਤੇ ਪੂਰਾ ਉਤਰਨਾ, ਸਾਧੂ ਦੇ ਬਚਨ ਕਮਾਉਣੇ ਆ, ਟੋਭੇ ਪੁੱਟਣੇ ਸ਼ੁਰੂ ਕਰ ਦਿੱਤੇ। 1, 2, 3, 4 ਇਹ 5ਵਾਂ ਟੋਭਾ ਸੰਗੋਵਾਲ ਨਗਰੀ ਵਿੱਚ ਆ ਪਹੁੰਚੇ ਨੇ। ਇੱਥੇ ਫਿਰ 5ਵੇਂ ਟੋਭੇ ਦਾ ਟੱਕ ਲਗਾਇਆ ਸੰਤ ਬਾਬਾ ਟਹਿਲ ਸਿੰਘ ਜੀ ਮਹਾਰਾਜ ਜੀ ਨੇ, ਬਾਲਿਆਂ ਵਾਲੇ ਸਤਿਪੁਰਸ਼ਾਂ ਨੇ। ਇੱਥੇ ਕੌਤਕ ਵਰਤਿਆ ਉਹਨਾਂ ਦੇ ਨਾਲ, ਰੱਬੀ ਕੌਤਕ। ਕੀ ਟੋਭਾ ਪੁੱਟਿਆ, ਖਦਵਾਇਆ, ਮਿੱਟੀ ਕੱਢਣੀ ਹੈ। ਕਹੀਂ ਦਾ ਦਸਤਾ ਟੁੱਟ ਚੁੱਕਾ, ਬੈਠੇ ਨੇ ਕੁਝ ਉਦਾਸੀ ਆਈ ਮਨ 'ਤੇ, ਸਿਰੇ 'ਤੇ ਆ ਕੇ ਇੱਕ ਸੇਵਾ ਵਿੱਚ ਆ ਭੰਗਣਾ ਪੈ ਗਈ। ਕਹੀਂ ਦਾ ਦਸਤਾ ਟੁੱਟ ਗਿਆ ਡੰਡਾ, ਜਾਨੂ ਇੱਧਰਲੀ ਦਿਸ਼ਾ ਵੱਲੋਂ ਇੱਕ ਫਕੀਰ ਆ ਗਏ, ਉਹਨਾਂ ਦੇ ਭਗਵਾਂ ਭੇਖ ਪਾਇਆ ਹੋਇਆ, ਚਿੱਟਾ ਦਾੜਾ ਹੈ, ਚਿੱਟੇ ਕੇਸ ਨੇ ਪਿੱਛੇ ਨੂੰ ਵਾਹੇ ਹੋਏ ਨੇ, ਛੱਡੇ ਹੋਏ ਨੇ, ਇੱਕ ਮੜਾਸਾ ਜਿਹਾ ਮਾਰਿਆ ਹੋਇਆ, ਸਵਾਮੀ ਦਰਬਾਰਾ ਸਿੰਘ ਮਹਾਰਾਜ ਵਾਂਗੂ ਗਿਲਤੀ ਲਾਈ ਹੋਈ ਹੈ ਭਗਵੇਂ ਰੰਗ ਦੀ, ਇੱਥੇ ਆ ਪਹੁੰਚੇ ਆ ਜਗ੍ਹਾ 'ਤੇ। ਦੇਖਿਆ ਸੰਤ ਟਹਿਲ ਸਿੰਘ ਮਹਾਰਾਜ ਬੈਠੇ ਨੇ ਕੁਝ ਉਦਾਸੀ 'ਚ। ਪੁੱਛਿਆ, ਭਗਤਾ ਕੁਝ ਉਦਾਸ ਲੱਗਦਾ, ਕੀ ਕਾਰਨ ਹੈ? ਹਾਂ ਰੱਬ ਦੇ ਪਿਆਰਿਓ, ਫਕੀਰੋ, ਆ ਸੇਵਾ ਮੈਂ ਕਰ ਰਿਹਾ ਸੀ, ਕਹੀ ਦਾ ਦਸਤਾ ਟੁੱਟ ਗਿਆ, ਸਿਰੇ 'ਤੇ ਆ ਕੇ ਮੈਂ ਕੁਝ ਇਉਂ ਸਮਝਦਾ ਵੀ ਸ਼ਾਇਦ ਸੇਵਾ 'ਚ ਭਿੰਗਣਾ। ਕਹਿੰਦੇ, ਨਹੀਂ ਲਿਆ, ਤੇਰੀ ਕਹੀ ਠੀਕ ਕਰ ਦਿੰਦੇ ਹਾਂ, ਇਹਦਾ ਦਸਤਾ ਪਾ ਦਿੰਦੇ ਹਾਂ ਠੀਕ ਕਰਕੇ, ਫਿਰ ਤੂੰ ਖੁਸ਼ ਹੈ? ਕਹਿੰਦੇ, ਹਾਂ ਜੀ ਫਿਰ ਖੁਸ਼ ਹੈ। ਚਰਨੀ ਹੱਥ ਲਾਏ, ਉਹ ਜਿਹੜੇ ਰੱਬੀ ਫਕੀਰ ਸੀ, ਦਗਦ ਗਾਉਂਦਾ ਉਹਨਾਂ ਦਾ ਚਿਹਰਾ ਹੈ, ਨੇਤਰਾਂ ਦੇ ਵਿੱਚ ਨਾਮ ਦੀ ਖੁਮਾਰੀ ਚੜ੍ਹੀ ਹੈ, ਕਿਤੇ ਕਿਤੇ ਆਏ ਆਨੰਦ ਵਿੱਚ ਸਿਰ ਹਿਲਾਉਂਦੇ ਨੇ, ਝੂਮਦੇ ਨੇ। ਇਹ ਜਿਹੜੀ ਝੂਮਣ ਵਾਲੀ ਅਵਸਥਾ, ਜਿਵੇਂ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਕਹਿੰਦਾ ਵੀ ਕੋਈ ਸੰਤ ਮਿਲ ਜਾਵੇ ਦਰਸ਼ਨ ਕਰ ਲਵਾਂ, ਦੱਸਿਆ ਵੀ ਹਾਂਜੀ ਇਸ ਵਕਤ ਸੰਤ ਅਤਰ ਸਿੰਘ ਮਹਾਰਾਜ ਮਸਤੂ ਆਉਣੇ ਵਾਲੇ ਨੇ, ਜਿਨ੍ਹਾਂ ਦੀ ਆਵਾਜ਼ ਬਿਨਾਂ ਸਪੀਕਰ ਤੋਂ ਸੱਤ ਸੱਤ ਕੋਹ 'ਤੇ ਜਾਂਦੀ ਹੈ ਕੀਰਤਨ ਕਰਦਿਆਂ ਦੀ,
अगर उन्हां दे तुसी दीदार करो उन्हां दा दीवान सुनो बचन सुनो तुहानू पता चल जाएगा। महाराजा पटियाला भुपिंदर सिंह चलिया की देखदा संत महाराज संत अत्तर सिंह झूम झूम के शब्द पढ़ते ने। बड़ा हैरान होया भी राज भाग है साडे कोल सब कुछ है पर आ मस्ती नहीं कदे मिली। संत महाराज जी ने ऐ दूरों ही देख के उन्हों महाराजे भुपिंदर नूं दूरों ही देख के उहदे मन दा फुरना जाण के धारना पढ़नी शुरू कर दित्ती। की कहंदे ने जेड़ा सुख है फकीरा नूं राजना जेड़ा सुख है फकीरा नूं राजना ऐसे जदों शब्द उच्चारण किया ना तारना महाराजा पटियाले दी गर्दन झुक गई अखां दे विचों चाने पानी चल पिया। बिलकुल सच जेड़ी मौज फकीरां कोले आ ओह राजियां कोल नहीं है। आखो सतनाम वाहेगुरु। फकीर नूं कित्थों मौज मिली परमेश्वर दे चरणां दे नाल लिब जोड़ के सिमरन करके रहो विचार
उस फकीर ने इस धरती ते एक बहुत बड़ी वजनदार साखी बनी हुई है इस नगर की। मैं इत्थे बाबा गुरदयाल सिंह जी सरपंच हुंदे सी साबका, वह भी मैनू इत्थे बिठा के साखी सुणाउंदे रहे। फिर बापू अमर सिंह सी 100 साल तो उपर उन्हां दी उम्र सी, आही घरां दे विचों इन्हां दे बजुर्ग सन सरदार बूटा सिंह, सरदार शेर सिंह, इन्हां घरां विचों ही बजुर्ग सन बापू अमर सिंह जी। उन्हां ने मैनू इत्थे 2-3 बारी ये साखी सुणाउणा कीती सी। फिर सियाड़ नगर दे ही बाबा बुद्ध सिंह जी होए, उदों इक्को ही छोटा जिहा कमरा हुंदा सी, असी इत्थे आ जाना 2-3 बच्चे होंदे ते दरख्तां विच पाणी पाई जाना, उन्हां ने सानू पताशियां दा प्रसाद देना, कहना आया करो भी झाड़ू लाया करो, इत्थे इत्थे बेल बूटियां नू पाणी पा के जाया करो। ते साध संगत बड़ी कृपा होई, उन्हां ने भी फिर अपनी रसना तो सुणाउणा भी जिहड़े संत बाबा टहल सिंह होए ने, रब दा ही रूप सी, ओह रब च मिली होई आत्मा सी, आखो सतनाम। और मैनू बाबा बुद्ध सिंह कहा करदे, इस धरती विच बेअंत तप होया होया, ये नगरी च ही बहुत तप होया, कहिंदे जिथे गुरद्वारा साहब बनिया गुरु नानक दरबार, उत्थे 3 साधुआं की तपस्या कीती होई है। समा आएगा रंग भाग लगणगे, दूरों दूरां तो संगतां आया करनगियां इत्थे नमस्कारां करन। अज सच है सालाना जोड़ मेला श्री मान संत बाबा टहल सिंह जी बालियां बालियां की जन्म दिहाड़े की खुशी विच, ये हर साल वधदा ही जाना। प्रबंधक सज्जणां दा महान उपराला, नगर निवासी सिख संगतां दा, इस पावन पवित्र जगह ते बेअंत तप होया। सतगुरु श्री गुरु ग्रंथ साहिब महाराज जी मोहर लाउंदे ने, थान सुहावा पवित्र है, पवित्र दा अर्थ पवित्र, थान सुहावा पवित्र है जिथे संत सभा, जिथे साधुआं दी सभा बैठ जावे, जिथे साधु बैठ के तप कर लवे न, 8-60 तीर्थ जै साध पग धरै, पग दा अर्थ है चरण पा दवे, उत्थे 66 तीर्थ निवास करन लग जांदे, तहां बैकुंठ जै नाम उचरै, जिथे बह के उन्हां ने तपस्या कीती, राम राम जपिया, वाहिगुरु शब्द जपिया, कोई भी श्री गुरु ग्रंथ साहिब महाराज जी दे शब्द की आराधना की, उत्थे जंगलां विच मंगल लग गए ते लगदे भी रहणगे, आखो सतनाम। वाहेगुरु। हुण उह साधू भगवे भेख वाला फकीर जिहदा दगद गाउंदा चेहरा, नेत्रां विच खमारी चढ़ी है नाम दी, अपने बगल विचों ही ऐं कोई समान कढ़िया, कहीं दा दस्ता ठीक करके पा दिता, 2-4 बचन कीते, लै बई भगता तेरी सेवा परवान हो गई है, मंजूर हो गई है, थापड़े दिते ते कहन लगे इत्थे ही सारी जिंदगी ला दई, भगती करके इक्को जगह आसन रखी, बस फिर इत्थे बेअंत रंग भाग लगणगे। इउं थापड़ा दे के साधु इत्थों जदों तुरे, कुछ कदमां जांदे नजर आए संत टहल सिंह महाराज जीआं नूं, ऐस जगह दा इह कौतक है, तप स्थान बाबा जी बालियां बालियां दे। कुछ कदम जांदे साधु नजर आए ते कुछ कदम जांदे नजर आए, देखदे रहे, दर्शन कीते, मन विच सोचिया कोई रज के बचन कर लैंदे ते उह जद ही अलोप हो गए, आखो सतनाम। ये सच है, बड़े प्यार से मिलना सबसे, मत भूलो इंसान रे, क्या जाने किस रूप में आकर मिल जाए भगवान रे। ते साधु ने ही सेवा दा वरदान बख्शिया सी, साधु ने ही सेवा दा बल बख्शिया सी, गुरमंत्र बख्शिश करके नाम बाणी ना जोड़ दिता सी, ते सेवा संपूर्ण होने वेले भी इत्थे ओ साधु कौन सी, प्यार से साथ दे समाप्ति करिए। ओ आया भगवान सी संतां दा रूप धार के,
लागे भगवान जी संतान दा रूप धार के नानक विनवंता साध जना की अचार्य कथा। ये अचार्य कथा है उन फकरां दी फकीरां दी रब दे प्यारियां दी साधुआं दी। सो साध संगत इस तरह फिर बाबा जी ने होर वैराग बढ़ गया संत बाबा टहल सिंह जी ने फिर इत्थे दिन रात भगती करदे सिमरन करदे ते सादगी विच रहे अपने आप नू नहीं जनाउणा कीता कोई आउंदा नाम बाणी दे नाल जोड़ दिंदे। बाबा बुद्ध सिंह जी जो सचखंड प्याना कर गए ने इस जगह ते बड़ी लंबा समा सेवा कीती है उन्होंने वो दस्या करदे बहुत भगती कीती उन्होंने कहिंदे आउण वाले समय विच इस अस्थान दियां चढ़दियां कलां जाणियां ने। अज भी इत्थे ऐसे इंसान प्रेमी मिलदे ने भी मेरे जी 6-7 साल हो गए सी केस चलदे नूं मुक्ति नहीं मिल रही सी इत्थे बाबा जी दे चरणा च अरदास कराई ते अखंड पाठ साहब करवाया जां सहज पाठ साहब करवाया साडा मोर्चा फतेह हो गया। आखो सतनाम वाहेगुरु। किसे नूं कोई भैड़ी बीमारी लगी है नहीं दवाई लगदी इत्थे अरदास बेनती करदे ने ते साध संगत सतगुरां दी कृपा ते महापुरशां दे तप तेज दी गल इह जिहड़ी धरती है ना इहनूं तप स्थान कहा। उहनां ने तप कीता हर छिन हर पल गुरु नानक महाराज दी याद विच रहे ने सिमरन कीता ते अपनी जीवन जिंदगी परउपकारां दे लेखे ही लाई है। जिवें कल नूं पूरे 40 साल हो जाणे ने श्रीमान संत स्वामी दरबारा सिंह महाराज जी की 40वीं बरसी है। उन्होंने किन्ने स्कूल कॉलेज बनाए गऊशाला कलाइया किन्ने नगरों का भला किया। जब पहली बार संगोवाल नगर विच दीवान लैके आए न प्रेमी अड्डे के अपने बस स्टैंड तो स्वामी दरबारा सिंह महाराज जी जीप चो उतर गए सी उतर के फिर खावियां वल नूं गए सी पैदल तुर के। इन्नी मेहर बरताई हुई है फकीरां दी ये धरती ते आखो सतनाम वाहेगुरू। और वरदान दिता सी कि संगोवाल नगरी एकांशीपुरी का खिताब है इन्हें एकांशी दे विच जाके विद्या पढ़दे सी इत्थे ऐसी कृपा वरतेगी विद्या का दान मिलेगा इत्थे धार्मिक लोग इत्थे रब दे आशक लोग होणगे बड़े वरदान बख्शे सी वह वरदान अज पूरे हो रहे ने। और धन धन संत बाबा टहल सिंह महाराज जी दे ये जन्म दिहाड़े दियां दासां वल्लों आप सिख संगतां नूं प्रबंधक कमेटी नूं बेअंत बेअंत वधाइयां होण। धन जननी जिन जाया धन पिता प्रधान।
संत बाबा टहल सिंह जी की माता भी धन पिता भी धन नगर सियाड़ भी धन जिथे उन्हों का जन्म होया ते उन्हां ने संगोवाल नगर नूं भी आके धन बना दिता भाग ला दिते भूमि ने जिहड़ा करके आ लिखिया होया ना तप स्थान बाबा जी बालिया बाले बड़े बड़े बाले पा के रखते सी संत महाराज जी बेअंत भगती आओ आपां भी खंडे बाटे दी पहुल जिन्हां ने छकी है बधाई दे पात्र ने अगे नूं तुरीए जेडे साधुआं दे नंदक ने ना उन्हां दी संगत ना करिए सिर्फ गल्लां बातां सुन सुनाउण तक सीमित नहीं रहना अगे मेहनत करिए मेहनत की है मूल मंत्र दा जाप है जिहड़ा गुरमंत्र दा जाप है महापुरशां दी संगत विचों ये जुगती मिलती है उन्हों घंटा सवा घंटा मूल मंत्र दा जाप करो सुबह शाम तुरदे फिरदे करो चंगा नहीं कर सकते बुरा ना करो पुन नहीं कर सकते पाप ना करो इस संसार ते ये अटल सच्चाई है जिथे गुलाब दा फुल खिड़िया उथे कंडे नाल ही होने ने आखो सतनाम वाहेगुरु जिथे कोई अपन नूं रब दी धर्म दी गुरसिखी दी दसां गुरुआं दी बार तां पंद्रह भगतां दी सुनाउण वाला मिलेगा ना उत्थे विच ही कोई नंद कीर खालू भी बैठा हुंदा कोई नुक्स फड़न वाला सतगुरु जी फरमाउंदे ने भुल्लण अंदर सब को अभुल गुरु करतार असी सारे जीव भुल्लण विच भुल्लां हो जांदियां ने जीव है ही गलतियां दा पुतला भुल्लण तो बाहर गुरु ते परमेश्वर है जिहड़े कदे भुल्लदे नहीं जिहड़े कदे गलती नहीं करदे सो आओ बड़ा सुभागा समा बख्शिश कीता सतगुरां ने अजे मैनू चार पंज जथियां दे और भी फोन आए सी भी सानू समा मैं फिर बेनती की भी अगले साल तक प्रबंधकां नूं मैं बेनती करांगा फिर जिस तरह प्रबंधकां नूं योग लगेगा संगतां नूं उस तरह का समा बना लिया करांगे क्योंकि हर साल इत्थे तां सतगुरां दी रहमत श्री गुरु ग्रंथ साहिब महाराज जी की कृपा बरतदी होई रहिणी है पहले समय में श्री मान संत बाबा दर्शन सिंह जी टक्की साहब वालिया ने भी दीवान सजाए और भी कथावाचक भाई सरबजीत सिंह जी लुधियाने वाले भी आए संत अमीर सिंह जी टकसाल जबद्दी वाले उन्होंने भी इत्थे समा लाया है इत्थे असी चंगे प्रचारक बुलाइए जिहड़े सानू नाम बाणी नाल जोड़न ये नहीं भी जिहड़े निरी बस साधुआं दी निंदिया करन ते तुले होए ने ते जां साध संगत गुरबाणी विच ही भेद पाउंदे फिरदे ने दसम पातशाह जी ने पंज बाणियां पढ़ के अमृत बनाया सी ते जिहड़े तिन बाणियां ही कहिंदे आ भी तिन ही पढ़ो बस तिन्नां नाल ही अमृत बना दिंदे आ इन्हां तों बचो इन्हां तों बचण दी लोड़ है सानूं स्वामी दरबारा सिंह महाराज जी ने 27 साल कथा गुरु ग्रंथ साहिब जी दी कीती है 27 साल 27 सालां विच किसे धर्म नूं नहीं निंदिया किसे संत नूं नहीं निंदिया आखो सतनाम वाहेगुरु ब्रह्म ज्ञानी पारोपकार उमाहा ब्रह्म ज्ञानी तां बुरा करन वालियां दा भी भला सोचदा पर उन्हां ने कदे किसे धर्म नूं अटैक नहीं कीता निंदिया नहीं कीती किसे संत दी निंदिया नहीं कीती इसे तरह राड़े वाले सतपुरशां दी 350 कैस्ट आ दीवाना दी परम संत ईश्वर सिंह महाराज राड़ा साहिब वाले 350 कैस्ट सुन के देख लियो 350 दीवाना दे विच किसे साधु दी निंदिया नहीं कीती ते किसे धर्म दी निंदिया नहीं कीती हिंदू नूं गुरबाणी ने हिंदू बनण दा उपदेश दिता सच्चा हिंदू बण ब्राह्मण नूं पंडित नूं सच्चा पंडित बनण दा उपदेश दिता सो पंडित जो मन प्रबुद्ध है राम नाम आत्ममय सोध है राम दे नाम नूं आत्मा दे विच जपे समाउणा करे ओ पंडित है ते साध संगत सिख नूं महाराज ने कहा सिखी सिख्या गुर विचार सिक्षा लै गुरु दी विचार गुरु दे शब्द दी विचार ते चलना कर दुनिया पिछे ना लग मन दे पिछे ना लग गुरु दे पिछे लग धन श्री हजूर बाबा जी सियाड़ साहिब वाले कहिंदे ना मैं कोई संत है ना साध है
एक पूर्ण पुरख धन बाबा नन सिंह महाराज जी की संगत की है जिंद करके कहते तुम हजार की तादाद में बैठे हो गुरु नानक के दरबार में फिर कितने कितने रमज में दस भी जाते कहते किन्नी शांति है इस दरबार में किसी के साह की आवाज नहीं आती इन्नी शांति कहते ब्रह्म ग्ञानी जिथे सतपुरश बैठा होवे उत्थे शांति वरतदी है नाली फेर माया पा दित्ती कहते मैं तो ब्रह्म ग्ञानी बनिया नहीं कोई बैठा होवेगा ता ही इन्नी शांति है आखो सतनाम वाहेगुरु जिन हर पाया तिन छपाया नगर निवासी संगतां धनता योग हो प्रबंधक सज्जन धनता योग हो जिहड़े जथियां ने हाजरी भरी उन्हां दा भी धन्नवाद कमेटी वालों मैं नगर निवासियों वालों सारिया जथियां नू जी आया आखदा हाँ बाबा गुरदयाल सिंह जी कबीसरा अपने नगर का माण बैठे ने पिछले दिन ही भावें होस्पिटल भी दाखिल रहे ने जदों आपां 30 तरीक नू धन श्री हजूर बाबा जी की मिठी निघी जात अंदर समागम किया सिगमा कॉलेज के पिछे हुणे समाप्ति तो बाद हाजरी भरनगे सैकटरी दर्शन सिंह जी दरसी बड़े सुलझे हुए प्रेमी ने और सारे भाई बूटा सिंह भाई शेर सिंह और भी जिन्हां संजतां दा मैं नाम नहीं जानता सारिआं दा ही प्रबंधकां दा धन्नवाद मैं तां तुहाडे चरणां दे जोड़िआं दी धूड़ हाँ मैनू यह बल बख्शियो कि संगत विच संगत हर प्रभ वसै जीओ अंत दे स्वासां तक ये मेरी परमेश्वर के चरणों नाल लिव लगी अंत दे स्वासा तक निभ जाए ये मैनु सतगुरु पातशाह और तुसी संगतां बल बख्शियो होइयां भुल्लां दी माफ़ी किसे दी शान दे खिलाफ जां गुरमत तो अधूरा लफ्ज मेरी जीभा तो निकलिया होवे मैनु अणजाण बच्चा समझ के खिमा कर देना जिन्हां ने खंडे बाटे की पौल छकी है मेहनत करते जाइए सतसंगत भी करिए धर्म की किरत भी करिए जेडे अजे गुरु वाले नहीं बने दाड़ी केस रख के खंडे बाटे की पौल छक के श्री गुरु ग्रंथ साहब महाराज जी दे लगीए लाड़ महापुरख भले पुरशां की करिए संगत अमृत वेले उठांगे नाम शब्द की करांगे कमाई ते साउंड सर्विस हैप्पी जसपाल बंगर वाले इन्हां दा भी धन्नवाद है अटेंट वाले वीरां दा भी धन्नवाद क्यों जिन्नी श्रद्धा दे नाल इत्थे सेवा कमावांगे उन्निया ही बख्शिशां मिलणगियां दर तो मिलियां ने बख्शिशां मिल रही ने मिलदियां भी रहणगियां आखो सतनाम श्री वाहेगुरु अमृत वेले उठांगे नाम शब्द ही करांगे कमाई फिर सतगुरु श्री गुरु ग्रंथ साहब महाराज जी आशीर्वाद बख्शिश करनगे लोग सुखिए पर लोग सहेले नानक हर प्रभ आपे मेले आख विच फेर सारियां संगतां नूं संत बाबा टहल सिंह जी बाले बालियां दीए जन्म दिहाड़े दियां बेअंत 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 बधाइयां हुण सतगुरु सारियां संगतां नूं चरणां नाल जोड़ी रखण साथ दिओ आनंद साहब दियां छे पौड़ियां विच अरदास विच जुड़ांगे उपरंत हुक्मनामे साहब सरवण करके अगला प्रोग्राम प्रबंधक सज्जणा तो सरवण करना जी राम कली महला तीजा आनंद एक ओंकार सतगुर प्रसाद आनंद भया मेरी माए सतगुरु मैं पाया परवार पर शब्द गावण आईया कह नानक आनंद होवा सतगुरु मैं पाया सब विसारना अंगीकार हो करे तेरा कार्य सब सवारना सब नगला समरस स्वामी सो क्यों मन हो विसारे कहे नानक मन मेरे सदा रहो हर नामे सच
साहिबा क्या नहीं घर तेरे सदा सिफत सलाह तेरी नाम मन वसावे सच्चे साहिब क्या नहीं घर तेरा साचा नाम मेरा आधार शांत सुख मान आए बस आज इच्छा सब पुजाया शब्द करो प्यारो साचा नाम मेरा आधारो वाजे शब्द जित कर सुपाके कर सुपाके शब्द वाजे कला जित कर तारिया पंच गूंत तुद वस कीते काल कंटक